ਮਾਵਾਂ ਵਾਲੇ ਜਿਨ੍ਹਾਂ ਦੀਆਂ ਮਾਵਾਂ ਬਚਪਨ ਚ ਤੁਰ ਜਾਂਦੀਆਂ ਨੇ ਉਹ ਨੁਕਰੇ ਬਹਿ ਕੇ ਰੋਂਦੇ ਨੇ ਉਹਦੀਆਂ ਦੀਵਾਰਾਂ ਨਾਲ ਲੱਗ ਜਾਂਦੀਆਂ ਨੇ ਮੌਲਾ ਲਈ ਮੈਂ ਤੁਰ ਚੱਲੀ ਆਂ ਮੇਰਾ ਹਸਨ ਰੋਵੇ ਨਾ ਮੇਰਾ ਹੁਸੈਨ ਰੋਵੇ ਨਾ ਮੇਰੀ ਜ਼ੈਨਬ ਤੇ ਕੁਲਸੂਮ ਨਾਲ ਪਿਆਰ ਕਰੇ ਆ ਜੇ ਮੈਂ ਜਾਂਦੀ ਵਾਰੀ ਬੇੜਾ ਸਾਫ਼ ਕਰ ਚੱਲੀ ਕੱਲ ਤੁਸਾਂ ਮੇਰੇ ਕਫਨ ਦਫਨ ਚ ਲੱਗੇ ਜਾਣਾ ਪਤਾ ਨੀ ਕੋਈ ਮੇਰੇ ਬੱਚਿਆਂ ਨੂੰ ਖਾਣਾ ਖਿਲਾਵੇ ਕਿ ਨਾ ਖਿਲਾਵੇ ਮੈਂ ਜਾਂਦੀ ਵਾਰੀ ਖਾਣਾ ਖਿਲਾ ਚੱਲੀ ਕਰਬਲਾ ਦੀ ਦੂੜ ਇਹਨਾਂ ਦੀਆਂ ਜ਼ੁਲਫ਼ ਚ ਪੈਣੀ ਹੈ ਮੈਂ ਜਾਂਦੀ ਵਾਰੀ ਗੁਸਲ ਕਰਾ ਕੇ ਜ਼ੁਲਫ਼ਾਂ ਸਵਾਰ ਚੱਲੀਆਂ ਲੋਲਾ ਲਈ ਫਰਮਾਨ ਲੱਗੇ ਦਾਦਾ ਉਹ ਤੇਰੀ ਨਹੀਂ ਮੇਰੀ ਵੀ ਔਲਾਦ ਤੁਮਾਂ ਪੁੱਤਰਾਂ ਨੇ ਮਾਂ ਦੇ ਕਦਮਾਂ ਤੇ ਓਟ ਰੱਖੇ ਸੈਯਦਾ ਦੀ ਰੂਹ ਪਰਵਾਦ ਕਰ ਗਈ ਮੀਆਂ ਸਾਹਿਬ ਫਰਮਾਉਂਦੇ ਨੇ ਇਹ ਮਾਵਾਂ ਵਾਲੇ ਮਾਵਾਂ ਦੇ ਕੋਲੇ ਕਿਸੇ ਫਰਿਆਦ ਲੈ ਜਾਂਦੇ ਪਰ ਮੋਈਆਂ ਮਾਵਾਂ ਵਾਲੇ ਦੋ ਆਪੇ ਚੁੱਪ ਕਰ ਜਾਂਦੇ ਰਾਤ ਪੌਣੇ ਤਿੰਨ ਹੋ ਗਏ ਜ਼ਿਆਦਾ ਰਾਤ ਗੁਜ਼ਰ ਗਈ ਥੋੜ੍ਹੀ ਬਾਕੀ ਹੈ ਦੁਨੀਆਦਾਰਾਂ ਦੇ ਸੌਣ ਦਾ ਅਤੇ ਅੱਲਾਹ ਵਾਲਿਆਂ ਦੇ ਜਾਗਣ ਦਾ ਵੇਲਾ ਹੋ ਗਿਆ ਹੈ ਦੁਨੀਆ ਬਾਦਾ ਦੇ ਬਾਜ਼ਾਰ ਦਿਨ ਨੂੰ ਖੁੱਲ੍ਹਦੇ ਨੇ ਰਹਿਮਤ ਦਾ ਬਾਜ਼ਾਰ ਰਾਤ ਦੇ ਪਿਛਲੇ ਪਹਿਰ ਖੁੱਲ੍ਹਦਾ ਹੈ ਇਹ ਅੱਲਾਹ ਵਾਲਿਆਂ ਦੀ ਖਰੀਦਾਰੀ ਦਾ ਵੇਲਾ ਰਹੇ ਅਤੇ ਉਹਦੀ ਰਹਿਮਤ ਦੇ ਬਾਜ਼ਾਰ ਦੇ ਖੁੱਲ੍ਹਣੇ ਦਾ ਵਕਤ ਹੈ ਇਸ ਹੀ ਵੇਲੇ ਦੇ ਮੁਤਾਲਕ ਮੀਆਂ ਸਾਹਿਬ ਨੇ ਫਰਮਾਇਆ ਪਿਛਲੀ ਰਾਤੀਂ ਰਹਿਮਤ ਰੱਬ ਦੀ ਕਰੇ ਬੁਲੰਦ ਆਵਾਜ਼ਾਂ ਬਖਸ਼ਿਸ਼ ਮੰਗਣ ਵਾਲਿਆਂ ਕਾਰਨ ਖੁੱਲ੍ਹਾ ਹੈ ਦਰਵਾਜ਼ਾ ਅਜ਼ੀਮ ਸਨਾ ਖਾਨਾ ਨੇ ਰਸੂਲ ਨੇ ਆਪਣੀ ਹਾਜ਼ਰੀ ਸਾਰੀ ਰਾਤ ਪੇਸ਼ ਫਰਮਾਈ ਸਾਰਿਆਂ ਦੀ ਹਸੀ ਆਵਾਜ਼ਾਂ 'ਚ ਨਬੀ ਪਾਕ ਦੀ ਮਿਦਹਤ ਨੂੰ ਸਮਾਪਤ ਕੀਤਾ ਅੱਲਾਹ ਰੱਬੁਲ ਇੱਜ਼ਤ ਸਾਰਿਆਂ ਦੇ ਨੁਤਕ ਔਰ ਲਹਾਂ ਦੇ ਅੰਦਰ ਮਜ਼ੀਦ ਬਰਕਾਤ ਨਸੀਬ ਫਰਮਾਏ ਅਜ਼ੀਮ ਸਨਾ ਖਾਨੇ ਰਸੂਲ ਮੇਰੇ ਸਿਆਲਕੋਟ ਦੀ ਜ਼ੀਨਤ ਜਨਾਬ ਮੁਹੰਮਦ ਅਫਜ਼ਲ ਕਾਦਰੀ ਸਾਹਿਬ ਮਾਸ਼ਾਅੱਲਾ ਮੇਰੇ ਨਾਲ ਬਹੁਤ ਮੁਹੱਬਤ ਕਰਦੇ ਨੇ ਤੁਹਾਡੇ ਇਸ ਇਲਾਕੇ ਦੇ ਅੰਦਰ ਬੇਸ਼ੁਮਾਰ ਮਰਤਬਾ ਤਸ਼ਰੀਫ ਲੈ ਕੇ ਆਉਂਦੇ ਨੇ ਕਰ ਸ਼ਾਹਿਦ ਸਾਹਿਬ ਨੇ ਕਿਬਲਾ ਨੇ ਬਹੁਤ ਖੂਬਸੂਰਤ ਨਬੀ ਪਾਕ ਦੀ ਮਿਦਹਤ ਪੇਸ਼ ਫਰਮਾਈ ਅਲਹਾਜ ਮੁਹੰਮਦ ਇਫਤਿਖਾਰ ਅਹਿਮਦ ਰਿਜ਼ਵੀ ਸਾਹਿਬ ਨੇ ਅੱਲਾਹ ਰੱਬੁਲ ਇੱਜ਼ਤ ਹਜ਼ੂਰ ਦੇ ਲਹਾਂ ਦਾ ਸਦਕਾ ਤਮਾਮ ਦੇ ਨੁਤਕ ਔਰ ਲਹਾਂ ਦੇ ਅੰਦਰ ਮਜ਼ੀਦ ਬਰਕਾਤ ਨਸੀਬ ਫਰਮਾਏ ਗ੍ਰਾਮੀ ਕਦਰ ਹਜ਼ਰਾਤ ਮੈਨੂੰ ਦੋਸਤਾਂ ਨੇ ਆਖਿਆ ਕਿ ਅੱਜ ਸਾਨੂੰ ਨਬੀ ਪਾਕ ਦੇ ਵਿਸਾਲੇ ਪਾਕ ਦੀ ਵੀ ਬਾਤ ਸੁਣਾਓ ਔਰ ਦੀਗਰ ਵੀ ਦੋਸਤਾਂ ਨੇ ਫਰਮਾਇਸ਼ਾਂ ਕੀਤੀਆਂ ਮੈਂ ਕੋਸ਼ਿਸ਼ ਕਰਾਂਗਾ ਥੋੜ੍ਹੇ ਵਕਤ ਵਿੱਚ ਜ਼ਿਆਦਾ ਗੁਫ਼ਤਗੂ ਹੋ ਜਾਏ ਕੁਰਾਨ ਮਜੀਦ ਫੁਰਕਾਨ ਹਮੀਦ ਦੀ ਆਇਤ ਮੁਬਾਰਕਾ ਮੈਂ ਹੱਕ ਪਸੰਦ ਗਰੁੱਪ ਇਸ ਨਾਮ ਦੇ ਹਵਾਲੇ ਨਾਲ ਪੜ੍ਹਨ ਦਾ ਸ਼ਰਫ ਹਾਸਲ ਕੀਤਾ ਅੱਲਾਹ ਰੱਬੁਲ ਇੱਜ਼ਤ ਨੇ ਇਰਸ਼ਾਦ ਫਰਮਾਇਆ ਲਕਦ ਕਾਨ ਲਕੁਮ ਫੀ ਰਸੂਲਿਲਾਹ ਉਸਵਤੁਨ ਹਸਨਾ ਫਰਮਾਇਆ ਬੇਸ਼ੱਕ ਰਸੂਲੁੱਲਾਹ ਦੀ ਹਯਾਤ ਤੈਯਬਾਤ ਰਸੂਲੁੱਲਾਹ ਵਿੱਚ ਤੁਹਾਡੇ ਵਾਸਤੇ ਬਿਹਤਰੀਨ ਨਮੂਨਾ ਹੈ ਕਿਸੇ ਇਨਸਾਨ ਦੀ ਜ਼ਿੰਦਗੀ ਇੱਕ ਦੋ ਲੋਕਾਂ ਵਾਸਤੇ ਨਮੂਨਾ ਹੋ ਸਕਦੀ ਹੈ ਅਮੀਰ ਦੀ ਜ਼ਿੰਦਗੀ ਅਮੀਰ ਵਾਸਤੇ ਨਮੂਨਾ ਹੈ ਗਰੀਬ ਦੀ ਜ਼ਿੰਦਗੀ ਗਰੀਬ ਵਾਸਤੇ ਨਮੂਨਾ ਹੈ ਬਾਦਸ਼ਾਹ ਦੀ ਜ਼ਿੰਦਗੀ ਬਾਦਸ਼ਾਹ ਵਾਸਤੇ ਨਮੂਨਾ ਹੈ ਆਲਿਮ ਦੀ ਜ਼ਿੰਦਗੀ ਆਲਿਮ ਵਾਸਤੇ ਨਮੂਨਾ ਹੈ ਕਿਸੇ ਹਾਫਿਜ਼ ਦੀ ਜ਼ਿੰਦਗੀ ਹਾਫਿਜ਼ ਵਾਸਤੇ ਨਮੂਨਾ ਹੈ ਕਿਸੇ ਮਾਮਾਰ ਅਤੇ ਮਿਸਤਰੀ ਦੀ ਜ਼ਿੰਦਗੀ ਕਿਸੇ ਮਿਸਤਰੀ ਵਾਸਤੇ ਨਮੂਨਾ ਹੈ ਸ਼ਾਇਰ ਦੀ ਜ਼ਿੰਦਗੀ ਸ਼ਾਇਰ ਵਾਸਤੇ ਨਮੂਨਾ ਹੈ ਮਗਰ ਇੱਕ ਜ਼ਿੰਦਗੀ ਹੈ ਅਤੇ ਅੱਲਾਹ ਫਰਮਾਤਾ ਸਾਰਿਆਂ ਵਾਸਤੇ ਨਮੂਨਾ ਹੈ ਯਾ ਅੱਲਾਹ ਕੋਈ ਅਮੀਰ ਹੈ ਕੋਈ ਗਰੀਬ ਹੈ ਕੋਈ ਬਾਦਸ਼ਾਹ ਹੈ ਕੋਈ ਫਕੀਰ ਹੈ ਇੱਕ ਜ਼ਿੰਦਗੀ ਸਾਰਿਆਂ ਵਾਸਤੇ ਨਮੂਨਾ ਕਿਸ ਤਰ੍ਹਾਂ ਹੋ ਸਕਦੀ ਹੈ ਫਰਮਾਇਆ ਜੇ ਤੂੰ ਬਾਦਸ਼ਾਹ ਹੈ ਉਹਦੀ ਜ਼ਿੰਦਗੀ ਦਾ ਮੁਤਾਲਿਆ ਕਰ ਜਿਹੜਾ ਮਿੰਬਰ ਖਤਮੇ ਨਬੂਵਤ ਤੇ ਬੈਠ ਕੇ ਤੇ ਦੋ ਜਹਾਂ ਤੇ ਬਾਦਸ਼ਾਹੀ ਪਿਆ ਕਰਦਾ ਹੈ ਅਗਰ ਤੂੰ ਗਰੀਬ ਹੈ ਉਸ ਰਸੂਲ ਦੀ ਜ਼ਿੰਦਗੀ ਦਾ ਮੁਤਾਲਿਆ ਕਰ ਜਿਸ ਰਸੂਲ ਨੇ ਸਾਰੀ ਜ਼ਿੰਦਗੀ ਇੱਕ ਵਾਰ ਵੀ ਪੇਟ ਭਰ ਕੇ ਖਾਣਾ ਨਹੀਂ ਖਾਧਾ ਅਗਰ ਤੂੰ ਅਮੀਰ ਹੈ ਉਸ ਰਸੂਲ ਦੀ ਜ਼ਿੰਦਗੀ ਦਾ ਮੁਤਾਲਿਆ ਕਰ ਜਿਸ ਰਸੂਲ ਨੇ ਫਰਮਾਇਆ ਕਿ ਅਗਰ ਮੈਂ ਪਹਾੜਾਂ ਨੂੰ ਇਸ਼ਾਰਾ ਕਰਾਂ ਇਹ ਪਹਾੜ ਸੋਨਾ ਬਣ ਕੇ ਮੁਹੰਮਦ ਦੇ ਨਾਲ ਨਾਲ ਟੁਰਿਆ ਕਰਨ ਔਰ ਜੇ ਤੂੰ ਬਾਦਸ਼ਾਹ ਹੈ ਉਸ ਬਾਦਸ਼ਾਹ ਦੋ ਆਲਮ ਦੀ ਜ਼ਿੰਦਗੀ ਦਾ ਮੁਤਾਲਿਆ ਕਰ ਕਿਸੇ ਦਾ ਸ਼ੌਹਰ ਹੈ ਤੇ ਉਹਨਾਂ 11 ਬੀਬੀਆਂ ਦੇ ਸ਼ੌਹਰ ਨਾਮਦਾਰ ਦੀ ਜ਼ਿੰਦਗੀ ਦਾ ਮੁਤਾਲਿਆ ਕਰ ਕਿਸੇ ਦਾ ਬਾਪ ਹੈ ਉਹਨਾਂ 4 ਬੇਟੀਆਂ ਤੇ 3 ਬੇਟਿਆਂ ਦੇ ਬਾਬਾ ਜਾਨ ਦੀ ਜ਼ਿੰਦਗੀ ਦਾ ਮੁਤਾਲਿਆ ਕਰ ਕਿਸੇ ਦਾ ਪੁੱਤਰ ਹੈ ਤੇ ਹਜ਼ਰਤ ਆਮੀਨਾ ਤੇ ਹਜ਼ਰਤ ਆਮੀਨਾ ਤੇ ਹਜ਼ਰਤ ਹਲੀਮਾ ਦੇ ਉਸ ਲਾਲ ਦੀ ਜ਼ਿੰਦਗੀ ਦਾ ਮੁਤਾਲਿਆ ਕਰ ਇਸੇ ਵਾਸਤੇ ਤੇ ਅੰਮਾ ਆਸ਼ਾ ਸਿੱਦੀਕਾ ਫਰਮਾਉਂਦੀਆਂ ਨੇ ਮੈਂ ਚਰਖਾ ਪੇ ਕੱਤਾਂ
ਤੇ ਮੇਰੇ ਹੁਜਰੇ ਚ ਬਹਿ ਕੇ ਨਬੀ ਪਾਕ ਆਪਣੀ ਨਲੈਣ ਨੂੰ ਟਾਂਕੇ ਪੇ ਲਗਾਉਂਦੇ ਨੇ। ਅਮਾਸ਼ਾ ਰੋ ਕੇ ਅਰਜ਼ ਕੀਤੀ, ਕਮਲੀ ਵਾਲਿਆ ਅਦਮਾ ਤੇਰੀ ਇਤਨੀ ਕਿ ਖੁਦਾ ਦੇ ਅਰਸ਼ਾਂ ਦੇ ਸਨ ਜੋੜੇ ਫਿਰ ਕੇ ਆ ਜਾਵੇ, ਤੇ ਸੋਹਣਿਆ ਤੇਰੀ ਸਾਦਗੀ ਤੇਰੀ ਮਾਜਜ਼ੀ ਤੋਂ ਕੁਰਬਾਨ ਜਾਵਾਂ, ਆਪਣੀ ਨਲੈਣ ਨੂੰ ਟਾਂਕੇ ਆਪ ਪੇ ਲਗਾਉਂਦੇ ਹੋ। ਫਰਮਾਇਆ ਆਸ਼ਾ ਜੇ ਕੱਲ ਨੂੰ ਕੋ ਬਾਦਸ਼ਾਹ ਕਵੇ ਕਿ ਮੈਂ ਮਿੰਬਰ ਤੇ ਬਹਿ ਕੇ ਬਾਦਸ਼ਾਹੀ ਕਰਨ ਵਾਲੇ ਰਸੂਲ ਦੀ ਸੁਨਤ ਪਿਆ ਅਦਾ ਕਰਨਾ, ਉਹ ਸੜਕ ਦੇ ਕਿਨਾਰੇ ਬੈਠ ਕੇ ਜੁੱਤੀਆਂ ਗੰਢਣ ਵਾਲਾ ਮੋਚੀ ਵੀ ਉੱਠ ਕੇ ਆਖੇ ਮੈਂ ਵੀ ਮੁਹੰਮਦ ਦੀ ਸੁਨਤ ਹੀ ਅਦਾ ਕਰਨਾ ਵਾ, ਮੈਂ ਤਗੜਿਆਂ ਦਾ ਵੀ ਰਸੂਲ ਹਾਂ ਤੇ ਮੈਂ ਮਾੜਿਆਂ ਦਾ ਵੀ ਰਸੂਲ ਹਾਂ। ਗਿਰਾਮੀ ਕਦਰ ਹਜ਼ਰਾਤ, ਉਸ ਰਸੂਲ ਅਰਬੀ ਦੀ ਹਯਾਤੀ ਚੋਂ ਮੈਂ ਅੱਜ ਚੰਦ ਗੁੱਸੇ ਨੌਜਵਾਨ ਤਬਕੇ ਦੀ ਗੋਸ਼ ਗੁਜ਼ਾਰ ਕਰਨੇ ਨੇ, ਹੱਕ ਪਸੰਦ ਗਰੁੱਪ ਵਾਲੇ ਦੇ ਨਜ਼ਰ ਕਰਨੇ ਨੇ, ਤਾਂ ਕਿ ਇਹਨਾਂ ਨੇ ਆਹ ਜਿਹੜਾ ਹੱਕ ਪਸੰਦ ਗਰੁੱਪ ਬਣਾਇਆ ਨਾ, ਇਹ ਵੀ ਨਬੀ ਪਾਕ ਦੀ ਸੁਨਤ ਹੈ। ਇਹਦੇ ਮੈਂ ਇਨਸ਼ਾਅੱਲਾ ਹਵਾਲਾ ਅਰਜ਼ ਕਰਨਾ ਹੈ। ਇੱਕ ਵਾਰੀ ਕੁਰਾਨ ਪੜ੍ਹੀਏ ਤੇ ਜੇ ਤੁਸੀਂ ਸੁਭਾਨ ਅੱਲਾ ਫਰਮਾਓ ਸਾਰੇ ਭਾਈ। ਮੈਂ ਬੜੀ ਦੇਰ ਦੇ ਬਾਅਦ ਹਲ ਵਜੋਂ ਆਇਆ ਹੈ ਨਾ ਜੀ, ਕਾਫੀ ਸਾਲਾਂ ਦੇ ਬਾਅਦ, ਤੇ ਯਕੀਨ ਕਰੋ ਮੈਨੂੰ ਵੇਲੇ ਯਾਦ ਆ ਰਹੇ ਸਨ ਜਦੋਂ ਮੈਂ ਮੋਟਰਸਾਈਕਲ ਤੇ ਇੱਥੇ ਆਉਂਦਾ ਹੁੰਦਾ ਸਾਂ, ਜ਼ੁਲਫਿਕਾਰ ਅਲੀ ਹੈਦਰੀ ਸਾਹਿਬ ਬਚਪਨ ਦੇ ਮੇਰੇ ਦੋਸਤ ਸਾਹਿਬ ਵਾਲੇ ਨਾਲ ਵੀ, ਤੋ ਮੈਂ ਅੱਜ ਬੜੀ ਦੇਰ ਦੇ ਬਾਅਦ ਆਇਆ। ਜਿੰਨੀ ਸੁਭਾਨ ਅੱਲਾ ਜੋੜ ਕੇ ਰੱਖੀ ਜਿਹੜਾ ਉਹ ਸਾਰੀ ਮੈਨੂੰ ਦੇ ਦਿਓ, ਮੈਂ ਨਾਲ ਲੈ ਜਾਵਾਂ, ਇਹਨੇ ਨਾਲ ਤੇ ਗੁਜ਼ਾਰਾ ਨਹੀਂ ਹੋਣਾ ਮੇਰਾ ਬਾਈ। ਮੈਂ ਜਦੋਂ ਵੀ ਤੁਹਾਡੇ ਪਿੰਡ ਆਇਆ ਨਾ, ਵੈਸੇ ਮੈਂ ਇਹ ਬੜਾ ਤਜਰਬਾ ਕੀਤਾ ਕਿ ਤੁਹਾਡੇ ਪਿੰਡ ਸਲੂਕ ਬੜਾ ਮਾਸ਼ਾਅੱਲਾ, ਕਿਉਂਕਿ ਇੱਥੇ ਮੈਂ ਬਚਪਨ ਤੋਂ ਆ ਰਿਹਾ ਯਕੀਨ ਕਰੋ, ਤੋ ਮੈਂ ਵੇਖਿਆ ਕਿ ਜਦੋਂ ਵੀ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਆਖਿਆ ਨਾ ਸੁਭਾਨ ਅੱਲਾ ਕਵੋ, ਇੱਕ ਵਾਰੀ ਇੱਧਰ ਵਾਲੇ ਬੋਲਦੇ ਨੇ ਤੇ ਇੱਕ ਵਾਰੀ ਇੱਧਰ ਵਾਲੇ ਬੋਲਦੇ ਨੇ, ਇਹ ਉਹਨਾਂ ਦਾ ਸਾਹ ਕਢਾਉਂਦੇ ਨੇ, ਉਹ ਇਹਨਾਂ ਦਾ ਸਾਹ ਕਢਾਉਂਦੇ ਨੇ, ਇੰਨਾ ਸਲੂਕ ਹੈ ਤੁਹਾਡੇ ਪਿੰਡ ਮਾਸ਼ਾਅੱਲਾ। ਮੈਂ ਵੀ ਲੜਾਂ ਨਹੀਂ ਆਇਆ, ਮੈਨੂੰ ਭਲਾ ਸਲੂਕ ਨਾ ਸੁਭਾਨ ਅੱਲਾ ਬੋਲ ਕੇ ਵਿਖਾਓ ਸਾਰੇ। ਅੱਜ ਨੇ ਜਿਹਨੇ ਹੱਥ ਨਹੀਂ ਨਾ ਚੁੱਕਿਆ ਨਾਲ ਦਾ ਬੇਲੀ ਫੜ ਕੇ ਚੁੱਕ ਕੇ ਜਗਾ ਕੇ ਇੰਨੀ ਉੱਚੀ ਸੁਭਾਨ ਅੱਲਾ ਫਰਮਾਓ ਕਿ ਮਦੀਨੇ ਆਵਾਜ਼ ਜਾਵੇ। ਸਟੇਜ ਵਾਲੇ ਸਟੇਜ ਇਸ ਵਾਸਤੇ ਉੱਚਾ ਬਣਾਇਆ ਕਿ ਤੁਸੀਂ ਉੱਚੇ ਹੋ ਕੇ ਬਵੋ ਤੇ ਉੱਚੀ ਸੁਭਾਨ ਅੱਲਾ ਵੀ ਫਰਮਾਓ। ਮੈਂ ਸੁਣਿਆ ਸ਼ਾਮ ਦਾ ਤੁਸੀਂ ਬੋਲੇ ਨਹੀਂ, ਉੱਚਾ ਬੋਲੋ ਸਾਰੇ ਸੁਭਾਨ ਅੱਲਾ। ਮੈਂ ਦੁਆ ਕਰਨਾ ਯਾ ਅੱਲਾ ਜਿਹੜਾ ਉੱਚਾ ਜੋ ਸੁਭਾਨ ਅੱਲਾ ਫਰਮਾਏ ਅਗਲੇ ਰਮਜ਼ਾਨ ਸ਼ਰੀਫ ਵਿੱਚ ਆਪਣੀ ਅੰਮੀ ਨਾਲ ਉਮਰਾ ਕਰਕੇ ਆਓ। ਹੁਣ ਜਿਹੜਾ ਇਸ ਤੋਂ ਉੱਚਾ ਬੋਲੇ ਆਮੀਨ ਫਰਮਾਨ ਹੋ ਸਾਰੇ ਉਲਾਮਾ। ਯਾ ਅੱਲਾ ਜਿਹੜਾ ਇਸ ਤੋਂ ਉੱਚਾ ਬੋਲੇ ਇਸ ਸਾਲ ਪੂਰਾ ਟੱਬਰ ਹੱਜ ਕਰਕੇ ਆਵੇ। ਯਾ ਅੱਲਾ ਜਿਹੜਾ ਇਸ ਤੋਂ ਉੱਚਾ ਬੋਲੇ ਅੱਜ ਰਾਤ ਸੋਵੇ ਤੇ ਖਾਬ ਵਿੱਚ ਕਮਲੀ ਵਾਲਾ ਹੀ ਆ ਜਾਵੇ। ਤੇਰਾ ਕੀ ਜਾਂਦਾ ਜਿਹੜਾ ਇਸ ਤੋਂ ਉੱਚਾ ਬੋਲੇ ਜਾਗਦੇ ਮਹਿਫਲ ਵਿੱਚ ਸੋਹਣੇ ਦਾ ਦੀਦਾਰ ਕਰਾ ਦੇ। ਮੈਂ ਥੋੜ੍ਹੀ ਜਿਹੀ ਤੁਹਾਨੂੰ ਨਬੀ ਪਾਕ ਦੀ ਜਵਾਨੀ ਸੁਣਾਵਣ ਲੱਗਾ, ਮੇਰਾ ਦਿਲ ਕਰਦਾ ਹੈ ਮੇਰੀ ਮਿਲਤ ਤੇ ਨੌਜਵਾਨਾਂ ਉੱਤੇ ਮੇਰੇ ਨਬੀ ਦੀ ਜਵਾਨੀ ਦਾ ਰੰਗ ਚੜ ਜਾਵੇ, ਸ਼ਾਇਦ ਕਿ ਤੇਰੇ ਦਿਲ ਮੇ ਉਤਰ ਜਾਏ ਮੇਰੀ ਬਾਤ। ਸੁਣੀਏ ਕੁਰਾਨ, ਅੱਲਾ ਨੇ ਰਜ਼ਾ ਫਰਮਾਇਆ ਲਾ ਮੁਰਕ ਇਲਹੁਮ ਲਫੀ ਲਫੀ ਸਖਰਤ ਹੋ ਯਾ ਮਹੂ ਪਰਵਰਦੀਗਾਰ ਨੇ ਰਜ਼ਾ ਫਰਮਾਇਆ ਕਮਲੀ ਵਾਲੂ ਆਓ, ਮੈਨੂੰ ਤੇਰੀ ਉਮਰ ਦੀ ਕਸਮ ਹੈ, ਮੈਨੂੰ ਤੇਰੀ ਜਵਾਨੀ ਦੀ ਕਸਮ ਹੈ, 1,24,000 ਰੱਬੀ ਆਇਆ ਹੈ। ਅੱਲਾ ਨੇ ਕਿਸੇ ਨਬੀ ਦੀ ਜ਼ਿੰਦਗੀ ਦੀ ਕਸਮ ਨਹੀਂ ਉਠਾਈ। ਜਦੋਂ ਕਮਲੀ ਵਾਲੇ ਦੀ ਵਾਰੀ ਆਈ ਫਰਮਾਇਆ ਫਕਦ ਲਬਿਸ ਤੁਫੀ ਕਮ ਉਮਰ ਮਿਨ ਕਬਲਿਹਿ ਅਫਲਾ ਤਾਕਿਲੂਨ, ਕਿਧਰੇ ਅੱਲਾ ਨੇ ਫਰਮਾਇਆ ਲਹਮਨੁਕ ਇਲਹੁਮ ਲਫੀ ਸਫਰਤਿਹਿਮ ਯਾ ਮਹੂਨ। ਇਹਦਾ ਤਰਜਮਾ ਗੋਲੜੇ ਦੇ ਤਾਜਦਾਰ ਹਜ਼ਰਤ ਪੀਰ ਮੇਰ ਅਲੀ ਸ਼ਾਹ ਨੇ ਜੇ ਫਰਮਾਇਆ, ਆ ਫਰਮਾਉਂਦੇ ਨੇ ਕੋਈ ਮਿਸਲ ਨਾ ਜਾਣੀ ਦੀ, ਕੋਈ ਮਿਸਲ ਨਾ ਜਾਣੀ ਦੀ, ਇਹ ਚੁੱਪ ਕਰ ਮੇਰੇ ਅਲੀ ਇੱਥੇ ਜਾ ਨਹੀਂ ਬੋਲਣ ਦੀ, ਤੇ ਕੋਈ ਮਿਸਲ ਨਾ ਜਾਣੀ ਦੀ, ਰੱਬ ਆਪ ਕਸਮ ਖਾਵੇ ਉਹਦੀ ਚੜ੍ਹਦੀ ਜਵਾਨੀ ਦੀ, ਇਹ ਰੱਬ ਆਪ ਕਸਮ ਖਾਵੇ ਉਹਦੀ ਚੜ੍ਹਦੀ ਜਵਾਨੀ ਦੀ, ਕੋਈ ਮਿਸਲ ਨਾ ਠੋਲਨ ਦੀਆ, ਕੋਈ ਮਿਸਲ ਨਾ ਠੋਲਨ ਦੀਆ, ਕੋਈ ਮਿਸਲ ਨਾ ਠੋਲਨ ਦੀ, ਪੱਲੇਲੀਦਾ ਸਜਾ ਕੋਈ ਮਿਸਲ ਨਾ ਠੋਲਨ ਦੀਆ, ਕੋਈ ਮਿਸਲ ਨਾ ਠੋਲਨ ਦੀ,
ਕਲਮ ਨਸ਼ਰਾ ਲਗਾ ਸਭ ਰੱਖ ਕੋਈ ਮਿਸਲ ਨਾ ਦੋਲਨ ਦੀਓ ਕੋਈ ਮਿਸਲ ਨਾ ਦੋਲਨ ਦੀ ਪਰਪਾਨਾ ਲਗਾ ਦਿਕ ਰੱਖ ਕੋਈ ਮਿਸਲ ਨਾ ਦੋਲਨ ਦੀਓ ਕੋਈ ਮਿਸਲ ਨਾ ਦੋਲਨ ਦੀਓ ਕੋਈ ਮਿਸਲ ਨਾ ਦੋਲਨ ਦੀ ਵਮਾਰ ਅਰਸਲਨਾ ਕਿਲਾ ਰਹਿਮਤਨ ਲਿਲ ਆਲਮੀਨ ਕੋਈ ਮਿਸਲ ਨਾ ਢੋਲਨ ਦੀਓ ਕੋਈ ਮਿਸਲ ਨਾ ਢੋਲਨ ਦੀ ਲਗਦ ਜਾ ਕੁਮ ਰਸੂਲ ਕੋਈ ਮਿਸਲ ਨਾ ਢੋਲਨ ਦੀਓ ਕੋਈ ਮਿਸਲ ਨਾ ਢੋਲਨ ਦੀ ਯਾ ਅਨਾਸ ਨੂਰ ਕੋਈ ਮਿਸਲ ਨਾ ਢੋਲਨ ਦੀਓ ਕੋਈ ਮਿਸਲ ਨਾ ਢੋਲਨ ਦੀ ਯਾ ਅਨਬੀ ਨਜ਼ੀਰਾ ਕੋਈ ਮਿਸਲ ਨਾ ਢੋਲਨ ਦੀਓ ਕੋਈ ਮਿਸਲ ਨਾ ਢੋਲਨ ਦੀ ਵਧਾਈਆਂ ਇਲਾਹੀ ਵੀ ਇਦਨੀ ਹੀ ਵਸੀਰਾਜ ਮੁਨੀਰਾ ਕੋਈ ਮਿਸਲ ਨਾ ਢੋਲਨ ਦੀਓ ਕੋਈ ਮਿਸਲ ਨਾ ਢੋਲਨ ਦੀ ਯਾ ਅਯੂ ਅਲ ਮੁਜ਼ੰਮਿਲ ਕੋਈ ਮਿਸਲ ਨਾ ਢੋਲਨ ਦੀਓ ਕੋਈ ਮਿਸਲ ਨਾ ਢੋਲਨ ਦੀ ਯਾ ਅਯੂ ਅਲ ਮੁਦੱਥਰ ਕੋਈ ਮਿਸਲ ਨਾ ਢੋਲਨ ਦੀਓ ਕੋਈ ਮਿਸਲ ਨਾ ਢੋਲਨ ਦੀ ਏ ਚੁੱਪ ਕਰ ਮੇਰੇ ਅਲੀ ਇੱਥੇ ਜਾ ਨਹੀਂ ਬੋਲਨ ਦੀ ਲਾਮਨੋ ਕਿਨਹੁਮ ਲਫੀ ਸਕਰਤਹਿਮ ਯਮਹੂਲ ਸਾਰਾ ਜੱਗ ਰੱਬ ਦੀ ਕਸਮਾਂ ਚੁੱਕੇ ਤੇ ਰੱਬ ਮੁਹੰਮਦ ਦੀਆਂ ਕਸਮਾਂ ਚੁੱਕੇ ਮੇਰੀ ਮਿਲਤ ਦੇ ਨੌਜਵਾਨੋ ਆਓ ਮੈਂ ਤੁਹਾਨੂੰ ਹਜ਼ੂਰ ਦੀ ਜਵਾਨੀ ਦਾ ਥੋੜ੍ਹਾ ਜਿਹਾ ਰੰਗ ਪੇਸ਼ ਕਰਾਂ ਕੌਣ ਹੈ ਦੀਵਾਲੀ ਜਦੋਂ ਜਵਾਨ ਹੋਏ ਨਾ 14 ਸਾਲ ਦੀ ਮੇਰੇ ਨਬੀ ਦੀ ਜਵਾਨੀ ਹੋਈ ਤਵੱਜੋ ਹੈ ਨਾ ਥੋੜ੍ਹਾ ਜਿਹਾ ਹੌਲਾ ਬੋਲੋ ਬਾਹਰ ਆਵਾਜ਼ ਨਹੀਂ ਜਾਣੀ ਚਾਹੀਦੀ ਤੇ ਹੱਥ ਬਿਲਕੁਲ ਨਾ ਚੁੱਕੇ ਮਤ ਕਿਧਰੇ ਕੋਈ ਸ਼ਹੀਦ ਨਾ ਹੋ ਜਾਏ ਉਹ ਮੈਂ ਅਗਲੇ ਦਿਨ ਤਕਰੀਰ ਕਰ ਰਿਹਾ ਤੇ ਮੈਂ ਕਿਹਾ ਜਿਹਨੇ ਜਿਹਨੇ ਜੰਨਤ 'ਚ ਜਾਣਾ ਹੱਥ ਖੜਾ ਕਰ ਲਓ ਉਹ ਸਾਰਿਆਂ ਹੱਥ ਖੜੇ ਕਰ ਲਏ ਮੇਰੇ ਸਾਹਮਣੇ ਇੱਕ ਨੌਜਵਾਨ ਤੇ ਉਹਨੇ ਹੱਥ ਨਾ ਖੜਾ ਕੀਤਾ ਮੈਂ ਕਿਹਾ ਬਈ ਤੂੰ ਜੰਨਤ 'ਚ ਨਹੀਂ ਜਾਣਾ ਉਹ ਕਹਿਣ ਲੱਗਾ ਸੀ ਸਾਹਿਬ ਅੰਮੀ ਨੇ ਆਖਿਆ ਸੀ ਪੁੱਤਰ ਮਾਂ ਬਾਪ ਤੂੰ ਸਿੱਧਾ ਘਰ ਹੀ ਆਵੇਂ ਤੇ ਕਈ ਵੇਲੇ ਇਸ ਤੋਂ ਵੀ ਨਹੀਂ ਬੋਲਦੇ ਕਿ ਮੈਂ ਕਿਧਰੇ ਸਿੱਧਾ ਹੀ ਵਧੀ ਨੂੰ ਸੱਤੇ ਹੀ ਖੈਰ ਆਉਂਦੀਆਂ ਉਹ ਬੋਲੋ ਮੋਤੀਆਂ ਵਾਲੀ ਸਰਕਾਰ ਬੋਲੋ ਸੁਭਾਨ ਅੱਲਾਹ ਗੋਡੇ ਛੱਡ ਦਿਓ ਕਿਧਰੇ ਨਹੀਂ ਦੌੜਦੇ ਹੱਥ ਚੁੱਕ ਕੇ ਬੋਲੋ ਸੁਭਾਨ ਅੱਲਾਹ ਮੈਨੂੰ ਯਾਦ ਹੈ ਆਹ ਪਹਿਲਾ ਬੇਲੀ ਸੀ ਇਹ ਪਹਿਲਾ ਬੰਦਾ ਸੀ ਜਿਹਨੇ ਮੈਨੂੰ ਬਜਵਾਤ ਪਹਿਲੀ ਮਰਤਬਾ ਬਿਲਕੁਲ ਇਹ ਪਹਿਲਾ ਬੰਦਾ ਸੀ ਜਦੋਂ ਮੈਂ ਪਹਿਲੀ ਮਰਤਬਾ ਬਜਵਾਤ 'ਚ ਦਾਖਲ ਹੋਇਆ ਇਸ ਬੰਦੇ ਮੇਰੀ ਦਾਵਤ ਦਿੱਤੀ ਅੱਲਾਹ ਤਾਲਾ ਇਹਨਾਂ ਨੂੰ ਉਮਰੇ ਖਿਜ਼ਰੀ ਅਤਾ ਫਰਮਾਇਓ ਅੱਜ ਮੈਨੂੰ ਸ਼ਕਲ ਵੇਖ ਕੇ ਪਹਿਲੀ ਵਾਰ ਯਾਦ ਆ ਗਿਆ ਕਿ ਬਿਲਕੁਲ ਇਹੀ ਬੰਦਾ ਸੀ ਅੱਲਾਹ ਤਾਲਾ ਉਮਰੇ ਖਿਜ਼ਰੀ ਅਤਾ ਫਰਮਾਏ ਗ੍ਰਾਮੀ ਕਦਰ ਹਜ਼ਰਾਤ ਅੱਲਾਹ ਨੇ ਫਰਮਾਇਆ ਮਹਬੂਬ ਮੈਨੂੰ ਤੇਰੀ ਜਵਾਨੀ ਦੀ ਕਸਮ ਹੈ 14 ਸਾਲ ਦੀ ਮੇਰੇ ਨਬੀ ਦੀ ਜਵਾਨੀ ਹੋਈ ਅਤੇ ਨਬੀ ਪਾਕ ਨੇ ਮੱਕੇ 'ਚ ਵੇਖਿਆ ਕਿ ਕੋਈ ਹਕੂਮਤ ਨਹੀਂ ਕੋਈ ਬਾਦਸ਼ਾਹ ਨਹੀਂ ਕੋਈ ਸਦਰ ਨਹੀਂ ਕੋਈ ਵਜ਼ੀਰ ਆਜ਼ਮ ਨਹੀਂ ਕੋਈ ਵਜ਼ੀਰ ਆਲਾ ਨਹੀਂ ਕੋਈ ਕਾਨੂੰਨ ਨਹੀਂ ਇੱਕ ਹੀ ਕਾਨੂੰਨ ਹੈ ਕਿ ਜਿਸ ਕੀ ਲਾਠੀ ਉਸ ਕੀ ਭੈਂਸ ਯਾਨੀ ਅਮੀਰ ਬਹੁਤ ਅਮੀਰ ਹੈ ਅਤੇ ਗਰੀਬ ਬਹੁਤ ਗਰੀਬ ਹੈ ਨਬੀ ਕਰੀਮ ਨੇ ਵੇਖਿਆ ਕਿ ਗਰੀਬਾਂ ਦਾ ਇਸ਼ਤਿਹਾਲ ਹੋ ਰਿਹਾ ਅਤੇ ਅੱਜ ਮੈਂ ਹੱਕ ਪਸੰਦ ਗਰੁੱਪ ਬਣਾਇਆ ਨਾ ਤੁਹਾਡੇ ਪਿੰਡ ਵਾਲਿਆਂ ਨਬੀ ਪਾਕ ਨੇ ਵੀ ਇੱਕ ਮੱਕੇ ਦੇ ਨੌਜਵਾਨ ਇਕੱਠੇ ਕੀਤੇ ਇਹ ਹਲਫੁਲ ਫਜ਼ੂਲ ਦੇ ਤਹਿਤ ਨਬੀ ਕਰੀਮ ਨੇ ਇੱਕ ਨੌਜਵਾਨਾਂ ਦੀ ਅੰਜਮਨ ਬਣਾ ਲਈ ਇੱਕ ਵੈਲਫੇਅਰ ਸੋਸਾਇਟੀ ਬਣਾ ਲਈ ਅਤੇ ਉਹਨਾਂ ਨੌਜਵਾਨਾਂ ਨੂੰ ਆਖਿਆ ਕਿ ਆਓ ਗਰੀਬਾਂ ਦਾ ਹੱਕ ਅਮੀਰਾਂ ਕੋਲ ਲੈ ਕੇ ਅਤੇ ਗਰੀਬਾਂ ਨੂੰ ਵਾਪਸ ਕਰੀਏ ਨੌਜਵਾਨ ਇੱਕ ਦਿਨ ਕੋਹੇ ਸਫਾ 'ਤੇ ਬੈਠ ਕੇ ਮੇਰੇ ਨਬੀ ਉਹਨਾਂ ਨੌਜਵਾਨਾਂ ਦੀ ਮੀਟਿੰਗ ਦੀ ਸਦਾਰਤ ਫਰਮਾ ਦੇ ਅਰਾਸ਼ ਕਬੀਲੇ ਦਾ ਇੱਕ ਅਰਾਸ਼ੀ ਇੱਕ ਪੇਂਡੂ ਉਸ ਪਹਾੜ ਦੀ ਚੋਟੀ 'ਤੇ ਚੜਿਆ
ਸਫਾ ਪਹਾੜੀ ਤੇ ਖਲੋ ਕੇ ਉਹਨੇ ਨੀਚੇ ਕਾਬੇ ਵੱਲ ਵੇਖਿਆ ਤੇ ਕਾਬੇ ਵੱਲ ਵੇਖ ਕੇ ਕਹਿਣ ਲੱਗਾ, ਕਾਬੇ ਵਾਲਿਆ ਮੈਂ ਤੇਰੇ ਮੱਕੇ ਚ ਰੋਂਦਾ ਹੀ ਜਾ ਰਿਹਾ। ਇਸ ਪੂਰੇ ਮੱਕੇ ਸ਼ਹਿਰ ਚ ਕਿਸੇ ਗਰੀਬ ਦੀ ਸੁਣਨ ਵਾਲਾ ਕੋਈ ਨਹੀਂ। ਇਤਨਾ ਕਹਿ ਕੇ ਟੁਰਿਆ ਤੇ ਨਬੀ ਪਾਕ ਨੇ ਸੁਣਿਆ ਨਾ ਤੇ ਹਜ਼ੂਰ ਉਹਦੇ ਕਰੀਬ ਜਾ ਕੇ ਉਹਨੂੰ ਸੀਨੇ ਲਾ ਕੇ ਫਰਮਾਨ ਲੱਗੇ, ਆਹ ਜਿਹੜਾ ਜੁਮਲਾ ਬੋਲਿਆ ਜ਼ਰਾ ਫਿਰ ਬੋਲੀ। ਉਹਨੇ ਆਖਿਆ ਜੀ ਮੈਂ ਰੱਬ ਨਾਲ ਗੱਲ ਪਿਆ ਕਰਦਾ ਸਾਂ ਤੇ ਮੈਂ ਕਾਬੇ ਵਾਲੇ ਨੂੰ ਪਿਆ ਕਹਿੰਦਾ ਸਾਂ ਕਿ ਕਾਬੇ ਵਾਲਿਆ ਇਸ ਪੂਰੇ ਮੱਕੇ ਚ ਕਿਸੇ ਗਰੀਬ ਦੀ ਸੁਣਨ ਵਾਲਾ ਕੋਈ ਨਹੀਂ ਤੇ ਮੈਂ ਤੇਰੇ ਮੱਕੇ ਚ ਰੋਂਦਾ ਜਾ ਰਿਹਾ। ਨਬੀ ਪਾਕ ਨੇ ਉਹਨੂੰ ਸੀਨੇ ਲਾਇਆ ਤੇ ਹਜ਼ੂਰ ਨੇ ਫਰਮਾਇਆ ਤੂੰ ਮੈਨੂੰ ਸੁਣਾ, ਜਿਹਦੀਆਂ ਕੋਈ ਨਾ ਸੁਣੇ ਉਹਦੀਆਂ ਮੈਂ ਹੀ ਸੁਣਨਾ ਹਾਂ, ਮੈਂ ਹੀ ਉਹਦੀਆਂ ਸੁਣਨਾ ਜਿਹਦੀਆਂ ਕੋਈ ਨਾ ਸੁਣੇ। ਉਹਨੇ ਜਦੋਂ ਹਜ਼ੂਰ ਦੀ ਸੂਰਤ ਮੁਬਾਰਕਾ ਵੇਖੀ ਨਾ ਤੇ ਰੋਣ ਲੱਗ ਪਿਆ। ਕਹਿਣ ਲੱਗਾ ਤੁਹਾਡੀ ਸੂਰਤ ਵੇਖ ਕੇ ਦਿਲ ਕਰਦਾ ਤੁਹਾਨੂੰ ਸਾਰੇ ਦੁੱਖ ਹੀ ਸੁਣਾ ਦੇਵਾਂ, ਦੁਖੀ ਅਦੀ ਗੱਲ ਦੁਖੀ ਹੀ ਜਾਣੇ। ਨੌਜਵਾਨੋ ਪੇਲੂ ਕਹਿਣ ਲੱਗਾ ਸੋਹਣੀ ਸ਼ਕਲ ਵਾਲਿਆ ਤੈਨੂੰ ਕੀ ਦੱਸਾਂ, ਜਦੋਂ ਮੈਂ ਜਵਾਨ ਹੋਇਆ ਮੇਰੀ ਸ਼ਾਦੀ ਹੋ ਗਈ, ਅੱਲਾ ਨੇ ਮੈਨੂੰ ਬੇਟੀ ਅਤਾ ਕਰ ਦਿੱਤੀ, ਮੈਨੂੰ ਆਪਣੀ ਬੇਟੀ ਦੀਆਂ ਫਿਕਰਾਂ ਲੱਗ ਗਈਆਂ, ਬੇਟੀ ਜਵਾਨ ਹੋਵੇਗੀ ਸ਼ਾਦੀ ਕਿਵੇਂ ਕਰਾਂਗਾ। ਅਰਧ ਕਰਦਾ ਸੋਹਣਿਆ ਉਧਰ ਮੇਰੀ ਊਂਟਣੀ ਨੂੰ ਵੀ ਅੱਲਾ ਨੇ ਬੱਚਾ ਅਤਾ ਕਰ ਦਿੱਤਾ, ਮੈਂ ਆਪਣੀ ਬੇਟੀ ਵੀ ਪਾਲਦਾ ਰਿਹਾ, ਊਂਟ ਦਾ ਬੱਚਾ ਵੀ ਪਾਲਦਾ ਰਿਹਾ। ਮੇਰਾ ਖਿਆਲ ਇਹ ਸੀ ਜਦੋਂ ਬੇਟੀ ਜਵਾਨ ਹੋਵੇਗੀ ਊਂਟ ਵੀ ਜਵਾਨ ਹੋ ਜਾਏਗਾ, ਊਂਟ ਵੇਚ ਕੇ ਆਪਣੀ ਬੇਟੀ ਦੀ ਸ਼ਾਦੀ ਕਰ ਦੇਵਾਂਗਾ। ਅੱਜ ਬੇਟੀ ਜਵਾਨ ਹੋਈ, ਸ਼ਾਦੀ ਦਾ ਵੇਲਾ ਆ ਗਿਆ, ਊਂਟ ਵੇਚਣ ਵਾਸਤੇ ਮੱਕੇ ਦੀ ਮੰਡੀ 'ਚ ਆਇਆ, ਮੱਕੇ ਦਾ ਇੱਕ ਚੌਧਰੀ ਮੇਰਾ ਊਂਟ ਖਰੀਦ ਕੇ ਲੈ ਗਿਆ। ਹੁਣ ਮੈਂ ਪੈਸੇ ਮੰਗਣਾ ਦਿੰਦਾ ਕੋਈ ਨਹੀਂ, ਬੜੇ ਬੜੇ ਚੌਧਰੀਆਂ ਦੀਆਂ ਸਿਫਾਰਿਸ਼ਾਂ ਡਾਲੀਆਂ ਨੇ, ਉਹ ਚੌਧਰੀ ਕਿਸੇ ਦੀ ਸੁਣਦਾ ਹੀ ਕੋਈ ਨਹੀਂ। ਮੇਰੇ ਆਕਾ ਨੇ ਫਰਮਾਇਆ ਦੱਸ ਉਸ ਚੌਧਰੀ ਦਾ ਨਾਂ ਕੀ ਹੈ, ਕਹਿਣ ਲੱਗਾ ਲੋਕੋ ਨੂੰ ਅਬੂ ਅਲ ਹਿਕਮ ਆਖਦੇ ਨੇ। ਮੇਰੇ ਆਕਾ ਨੇ ਫਰਮਾਇਆ ਨਾ ਨਾ, ਲੋਕ ਨੂੰ ਅਬੁਲ ਹਿਕਮ ਆਖਦੇ ਨੇ, ਨਾ ਮੁਹੰਮਦ ਨੂੰ ਅਬੂ ਜਹਲ ਕਹਿਣਾ। ਫਰਮਾਇਆ ਮੈਂ ਉਹਨੂੰ ਅਬੂ ਜਹਲ ਕਹਿਣਾ, ਅਗਰ ਇਹਦੀ ਵਜ਼ਾਹਤ ਦੇਵਾਂ ਵਕਤ ਦਰਕਾਰ ਹੈ। ਮੇਰੇ ਆਕਾ ਨੇ ਪਿੰਡ ਨੂੰ ਫਰਮਾਇਆ ਆ ਮੈਂ ਤੇਰੇ ਪੈਸੇ ਲੈ ਕੇ ਦੇਵਾਂ। ਨਬੀ ਪਾਕ ਨੌਜਵਾਨ ਨੂੰ ਲਿਆ ਤੇ ਉਸ ਅਬੂ ਜਹਲ ਦੇ ਦਰਵਾਜ਼ੇ ਤੇ ਦਰਵਾਜ਼ਾ ਖੜਕਾਇਆ, ਬਜਵਾਤ ਵਾਲਿਓ। ਅਬੂ ਜਹਲ ਜਦੋਂ ਬਾਹਰ ਨਿਕਲਿਆ ਤੇ ਨਬੀ ਪਾਕ ਨੇ ਉਹਨੂੰ ਕਹਿਣ ਲੱਗਾ ਮੁਹੰਮਦ ਅਮੀਨ ਕਿੱਧਰ ਆਇਓ। ਨਬੀ ਪਾਕ ਨੇ ਆਪਣੀ ਕੰਡ ਦੇ ਪਿੱਛੋਂ ਉਹ ਪੇਂਡੂ ਅਬੂ ਜਹਲ ਦੇ ਸਾਹਮਣੇ ਖੜਾ ਕੀਤਾ ਤੇ ਅਬੂ ਜਹਲ ਦਾ ਰੰਗ ਉੱਡ ਗਿਆ। ਮੇਰੇ ਆਕਾ ਨੇ ਫਰਮਾਇਆ ਦੇ ਕੋਲ ਊਂਟ ਖਰੀਦੇ ਆ ਮੇਰੇ ਵੱਲ ਵੇਖਿਓ। ਕਹਿਣ ਲੱਗਾ ਮੇਰੇ ਕਰੀਮ ਨੇ ਫਰਮਾ ਪੈਸੇ ਦਿੱਤੇ, ਫਰਮਾ ਦੇਣੇ ਕਿ ਨਹੀਂ, ਫਰਮਾ ਲਿਆਓ। ਹੁਣ ਤੁਸੀਂ ਪੁੱਛੋਗੇ ਆਸੀ ਸਾਹਿਬ ਆ ਕੀ ਹੈ, ਤੇ ਮੇਰਾ ਦਿਲ ਕਰਦਾ ਮੈਂ ਆਲਾ ਹਜ਼ਰਤ ਦੀ ਜ਼ੁਬਾਨ ਚ ਅਰਜ਼ ਕਰਾਂ ਤੇ ਆਲਾ ਹਜ਼ਰਤ ਇਮਾਮੇ ਅਹਲੇ ਸੁਨਨਤ ਨੇ ਫਰਮਾਇਆ, ਆ ਫਰਮਾਦੇ ਨੇ ਤੇਰੇ ਆਗੇ ਯੂੰ ਹੈ ਦਵੇਲ ਚ ਫੁਸਹਾ ਅਰਬ ਕੇ ਬੜੇ ਬੜੇ, ਕੋਈ ਜਾਣੇ ਮੂੰਹ ਮੇ ਜ਼ੁਬਾਨ ਨਹੀਂ ਨਹੀਂ ਬਲਕਿ ਜਿਸਮ ਮੇ ਜਾ ਨਹੀਂ। ਕੋਈ ਬੋਲੇ ਹੁਣ ਰੱਬ ਦਾ ਮਾਹੀ ਆ ਗਿਆ ਏ, ਅੱਲਾ ਫਰਮਾਂਦਾ ਹੁਣ ਕੋਈ ਬੋਲੇ ਜਿਹਨੂੰ ਬੋਲੀ ਤੇ ਬੜਾ ਮਾਣ ਸੀ ਨਾ, ਹੁਣ ਮੇਰਾ ਯਾਰ ਆਇਆ ਕੋ ਬੋਲ ਕੇ ਵਿਖਾਵੇ। ਮੇਰੇ ਆਕਾ ਨੇ ਫਰਮਾਇਆ ਅਬੂ ਜਹਲ ਨੂੰ ਪੈਸੇ ਲਿਆ, ਪੈਸੇ ਲਿਆ ਕੇ ਅਬੂ ਜਹਲ ਨੇ ਮੇਰੇ ਨਬੀ ਦੀ ਤਲੀ ਤੇ ਰੱਖੇ। ਮੇਰੇ ਆਕਾ ਨੇ ਉਹੀ ਪੈਸੇ ਪਕੜ ਕੇ ਉਸ ਪੇਂਡੂ ਨੂੰ ਦਿੱਤੇ, ਉਹਨੂੰ ਪੇਂਡੂ ਨਾਲੇ ਪੈਸੇ ਲਈ ਜਾਏ, ਨਾਲੇ ਮੱਕੇ ਦੀਆਂ ਗਲੀਆਂ 'ਚ ਪੜਦਾ ਜਾਂਦਾ ਏ ਹੌਸਲੇ ਮਾੜਿਆਂ ਦੇ ਬਤਾਵੇ ਪਿਆ ਜੀ ਤਗੜਿਆਂ ਨੂੰ ਸਿਖਾਵੇ ਪਿਆ ਹੌਸਲੇ ਮਾੜਿਆਂ ਦੇ ਬਜਾਵੇ ਪਿਆ ਅੱਜ ਜੀ ਤਗੜਿਆਂ ਨੂੰ ਸਿਖਾਵੇ ਪਿਆ ਨੀਰਗਾਰਾਂ ਚ ਜਾ ਕੇ ਵਜਾਵੇ ਪਿਆ ਜਿਹਨੂੰ ਅਰਸ਼ਾ ਤੇ ਰੱਬ ਨੇ ਬੁਲਾ ਵੇਖਿਆ ਤੇ ਨੀਰਗਾਰਾਂ ਚ ਜਾ ਕੇ ਵਜਾਵੇ ਪਿਆ ਜਿਹਨੂੰ ਅਰਸ਼ਾ ਤੇ ਰੱਬ ਨੇ ਬੁਲਾ ਹੌਸਲੇ ਮਾੜਿਆਂ ਦੇ ਵਧਾਵੇ ਪਿਆ ਤੇ ਆਜਜ਼ੀ ਤਗੜਿਆਂ ਨੂੰ ਸਿਖਾਵੇ ਪਿਆ। ਇੱਕ ਦਿਨ ਹਜ਼ਰਤ ਬਿਲਾਲ ਹਬਸ਼ੀ ਤੇ ਹਜ਼ਰਤ ਅਬੂ ਜ਼ਰ ਗਫਾਰੀ ਦੀ ਗਰਮਾ ਗਰਮੀ ਹੋ ਗਈ। ਅਬੂ ਜ਼ਰ ਗਫਾਰੀ ਗਫਾਰ ਕਬੀਲੇ ਦੇ ਚੌਧਰੀ ਤੇ ਬਿਲਾਲ ਕਾਲਾ ਗੁਲਾਮ। ਹਜ਼ਰਤ ਅਬੂ ਜ਼ਰ ਗਫਾਰੀ ਨੂੰ ਗੁੱਸਾ ਆਇਆ ਤੇ ਹਜ਼ਰਤ ਬਿਲਾਲ ਨੂੰ ਕਹਿਣ ਲੱਗੇ ਚੁੱਪ ਕਰੋ ਕਾਲਿਆ,
ਬਿਲਾਲ ਨੇ ਜਦੋਂ ਇਤਨਾ ਸੁਣਿਆ ਤੇ ਤੜਪ ਕੇ ਉੱਠ ਕੇ ਕਹਿਣ ਲੱਗੇ, ਮੈਂ ਦੱਸਣਾ ਨਾ ਕਮਲੀ ਵਾਲੇ ਨੂੰ ਕਿ ਇਹਨਾਂ ਮੈਨੂੰ ਕਾਲਾ ਆਖਿਆ। ਉਹ ਕਿਸੇ ਨੂੰ ਕਿਸੇ ਤੇ ਮਾਣ, ਕਿਸੇ ਤੋਂ ਕਿਸੇ ਨੂੰ ਕਿਸੇ ਤੇ ਮਾਣ, ਬਿਲਾਲ ਦਾ ਤੇ ਮਾਣ ਹੀ ਕਮਲੀ ਵਾਲਾ ਸੀ ਨਾ। ਬਿਲਾਲ ਆ ਗਏ ਦਰੇ ਮੁਸਤਫਾ ਤੇ ਅਰਜ਼ ਕੀਤੀ, ਯਾ ਰਸੂਲ ਅੱਲਾ, ਅੱਜ ਹਜ਼ਰਤ ਅਬੂ ਜ਼ਰ ਗਫਾਰੀ ਨੇ ਮੈਨੂੰ ਕਾਲਾ ਆਖਿਆ। ਸਰਕਾਰ ਨੇ ਤੜਪ ਕੇ ਫਰਮਾਇਆ, ਤਰਾ ਬੁਲਾਓ ਨਾ ਅਬੂ ਜ਼ਰ ਗਫਾਰੀ ਨੂੰ। ਅਬੂ ਜ਼ਰ ਗਫਾਰੀ ਜਦੋਂ ਮਦੀਨਾ ਤੈਯਬਾ ਦੀ ਮਸਜਿਦ ਨਬੀ ਦੇ ਅਜੇ ਦਰਵਾਜ਼ੇ 'ਚ ਆਏ ਤੇ ਨਬੀ ਪਾਕ ਬੜੇ ਜਲਾਲ 'ਚ ਆ ਕੇ ਫਰਮਾਉਣ ਲੱਗੇ, ਅਬੂ ਜ਼ਰ, ਤੇਰੇ ਵਿੱਚੋਂ ਅਜੇ ਦੌਰੇ ਦਸ ਜਾਹਲੀਅਤ ਦੀਆਂ ਆਕੜਾਂ ਨਹੀਂ ਗਈਆਂ। ਬਸ ਇੰਨਾ ਹੀ ਫਰਮਾਇਆ ਕਿ ਤੇਰੇ 'ਚੋਂ ਅਜੇ ਦੌਰੇ ਜਾਹਲੀਅਤ ਦੀਆਂ ਆਕੜਾਂ ਨਹੀਂ ਗਈਆਂ। ਅਬੂ ਜ਼ਰ ਗਫਾਰੀ ਤੇ ਉੱਥੇ ਹੀ ਪਾਣੀ ਪਾਣੀ ਹੋ ਗਏ, ਹੱਥ ਜੋੜ ਕੇ ਕਹਿਣ ਲੱਗੇ, ਸੋਹਣਿਆ ਤੂੰ ਤੇ ਤੇਰਾ ਰੱਬ ਕਰਨਾ ਮੈਨੂੰ ਮਾਫ ਤੇ ਬਿਲਾਲ ਨੂੰ ਮੈਂ ਆਪੇ ਰਾਜ਼ੀ ਕਰ ਲੈਣਾ। ਆਓ ਮਸਜਿਦ ਨਬੀ ਦਾ ਚੌਕ, ਹਜ਼ਰਤ ਅਬੂ ਜ਼ਰ ਗਫਾਰੀ ਜਾ ਕੇ ਚੌਕ 'ਚ ਲੇਟ ਗਏ ਤੇ ਆਪਣੇ ਰੁਖਸਾਰ ਇਸ ਤਰ੍ਹਾਂ ਜ਼ਮੀਨ 'ਤੇ ਰੱਖੇ, ਲੋਕ ਜਮ੍ਹਾਂ ਹੋ ਗਏ। ਆਖਿਆ ਜਾਓ ਕੋ ਬਿਲਾਲ ਨੂੰ ਬੁਲਾ ਕੇ ਲਿਆਓ। ਬਿਲਾਲ ਆਏ, ਇਹ ਹਜ਼ਰਤ ਅਬੂ ਜ਼ਰ ਗਫਾਰੀ ਫਰਮਾਉਂਦੇ ਨੇ, ਬਿਲਾਲ ਜ਼ਰਾ ਆਪਣਾ ਪਾਉਂ ਮੇਰੇ ਚਿਹਰੇ ਤੇ ਰੱਖ ਯਾਰ, ਮੇਰੀ ਆਕੜ ਟੁੱਟ ਜਾਵੇ। ਬਿਲਾਲ ਨੇ ਦੌੜ ਕੇ ਆ ਕੇ ਬਾਦੂਆ ਤੋਂ ਪਕੜ ਕੇ ਅਬੂ ਜ਼ਰ ਗਫਾਰੀ ਨੂੰ ਉਠਾਇਆ ਤੇ ਇੱਥੇ ਬੁੱਸਾ ਦੇ ਕੇ ਸੀਨੇ ਲਾ ਕੇ ਫਰਮਾਉਂਦੇ ਨੇ, ਇਹ ਚਿਹਰਾ ਮੈਂ ਜ਼ਮੀਨ ਤੋਂ ਰੁਲਣ ਦੇਣਾ ਜਿਹੜਾ ਮੇਰੇ ਮਾਹੀ ਨੂੰ ਬੜਾ ਸੋਹਣਾ ਲੱਗਦਾ ਹੈ। ਹੌਸਲੇ ਮਾੜਿਆਂ ਦੇ ਵਧਾਵੇ ਪਿਆ ਤੇ ਅੱਜ ਜੀ ਤਗੜਿਆਂ ਨੂੰ ਸਿਖਾਵੇ ਪਿਆ। ਵਾਹ ਸੋਹਣਿਆ ਤੇਰੀ ਸੀਰਤ ਦੇ ਰੰਗ ਤੋਂ ਸਦਕੇ ਜਾਵਾਂ। ਮੇਰੀ ਮਿਲਤ ਦੇ ਨੌਜਵਾਨੋ, ਕੌਣ ਹੈ ਦੀਵਾਲੀ ਸੱਲ ਅਲੈਹ ਵਸੱਲਮ ਨੇ ਹਮੇਸ਼ਾ ਗਰੀਬਾਂ ਦਾ ਪੱਖ ਕੀਤਾ, ਗਰੀਬਾਂ ਦੇ ਮਾੜਿਆਂ ਦਾ ਪੱਖ ਕੀਤਾ। ਮੇਰੇ ਆਕਾ ਨੇ ਅਰਜ਼ ਕੀਤੀ, ਯਾ ਅੱਲਾ, ਮੈਨੂੰ ਮਸਕੀਨਾਂ 'ਚ ਰੱਖ, ਮਸਕੀਨਾਂ 'ਚ ਮੌਤ ਦੇਵੀਂ ਤੇ ਕਿਆਮਤ ਨੂੰ ਮਸਕੀਨਾਂ 'ਚ ਹੀ ਖੜਾ ਕਰੀ। ਉਹ ਕੈਸਾ ਮੰਜ਼ਰ ਹੋਵੇਗਾ ਹਲ ਬਜਵਾਂ ਵਾਲਿਓ, ਜਦੋਂ ਕਿਆਮਤ ਨੂੰ ਨਬੀ ਨਬੀਆਂ 'ਚ ਖਲੋਤੇ ਹੋਣਗੇ, ਵਲੀ ਵਲੀਆਂ 'ਚ ਖਲੋਤੇ ਹੋਣਗੇ, ਸਹਾਬੀ ਸਹਾਬੀਆਂ 'ਚ ਖਲੋਤੇ ਹੋਣਗੇ, ਸਖੀ ਸਖੀਆਂ 'ਚ ਖਲੋਤੇ ਹੋਣਗੇ, ਨਮਾਜ਼ੀ ਨਮਾਜ਼ੀਆਂ 'ਚ ਖਲੋਤੇ ਹੋਣਗੇ, ਹਾਜੀ ਹਾਜੀਆਂ 'ਚ ਖਲੋਤੇ ਹੋਣਗੇ ਤੇ ਕਮਲੀ ਵਾਲਾ ਮਾੜਿਆਂ ਗਰੀਬਾਂ 'ਚ ਖਲੋਤਾ ਹੋਵੇਗਾ। ਸੋਨਾ ਮਾੜਿਆਂ 'ਤੇ ਗਰੀਬਾਂ 'ਚ ਖਲੋਤਾ ਹੋਵੇਗਾ। ਹੌਸਲੇ ਮਾੜਿਆਂ ਦੇ ਵਧਾਵੇ ਪਿਆ ਤੇ ਅੱਜ ਜੀ ਤਗੜਿਆਂ ਨੂੰ ਸਿਖਾਵੇ ਪਿਆ। ਨੌਜਵਾਨ ਕਹਿ ਰਹੇ ਸਨ, ਸਾਨੂੰ ਹਜ਼ੂਰ ਦੇ ਵਿਸਾਲੇ ਪਾਕ ਦੀਆਂ ਗੱਲਾਂ ਜ਼ਰੂਰ ਸੁਣਾਇਓ। ਇਹ ਵੀ ਸੀਰਤ ਤੇ ਤਯਬਾ ਦਾ ਰੰਗ ਹੈ, ਆਉਣਾ ਵੀ ਸੀਰਤ ਹੈ ਤੇ ਜਾਣਾ ਵੀ ਸੀਰਤ ਹੈ। ਮੇਰੇ ਆਕਾ ਨੇ ਫਰਮਾਇਆ, ਹਯਾਤੀ ਖੈਰੁਲ ਲਕੁਮ ਵ ਮਮਾਤੀ ਖੈਰੁਲ ਲਕੁਮ, ਫਰਮਾਇਆ ਮੇਰੀ ਜ਼ਿੰਦਗੀ ਵੀ ਤੁਹਾਡੇ ਵਾਸਤੇ ਬਿਹਤਰ ਹੈ, ਮੇਰੀ ਮੌਤ ਵੀ ਤੁਹਾਡੇ ਵਾਸਤੇ ਬਿਹਤਰ ਹੈ। ਗ੍ਰਾਮੀ ਕਦਰ ਹਜ਼ਰਾਤ, ਕੌਮਿਆਂ ਦੇ ਵਾਲੀ ਨੇ ਜਦੋਂ ਦੁਨੀਆਂ ਤੋਂ ਪਰਦਾ ਕੀਤਾ ਨਾ ਤੇ ਸਹਾਬਤ ਤੇ ਦਿਲ ਦੀ ਦੁਨੀਆ ਹੀ ਉਜੜ ਗਈ। ਜਿਹੜੇ ਹਰ ਵੇਲੇ ਦੀਦ ਕਰਨ ਵਾਲੇ, ਹਰ ਵੇਲੇ ਯਾਰ ਦੇ ਚਿਹਰੇ ਦੀ ਤਿਲਾਵਤ ਕਰਨ ਵਾਲੇ, ਨਬੀ ਪਾਕ ਨੇ ਜਦੋਂ ਪਰਦਾ ਕੀਤਾ, ਜਿਹੜੇ ਸਹਾਬਾ ਖੜੇ ਸਨ ਉਹ ਬੈਠ ਨਾ ਸਕੇ ਤੇ ਜਿਹੜੇ ਬੈਠੇ ਸਨ ਉੱਠ ਨਾ ਸਕੇ। ਨਬੀ ਕਰੀਮ ਦੇ ਬਾਅਦ ਇਹ ਹਾਲਤ ਹੋ ਗਈ। ਉਹ ਊਂਟਣੀ ਗਦਾਬਾਦ ਜਿਹਦਾ ਨਾਮ ਸੀ, ਜਿਹਦੇ ਤੇ ਮੇਰੇ ਨਬੀ ਸਵਾਰੀ ਕਰਦੇ ਸਨ, ਤਿੰਨ ਦਿਨ ਨਬੀ ਪਾਕ ਦੀ ਕਬਰ ਕੋਲ ਬੈਠੀ ਰਹੀ। ਸਰਕਾਰ ਨਜ਼ਰੀ ਨਾ ਆਏ ਤੇ ਉਹਨੇ ਮਦੀਨੇ ਦੇ ਕੁਵੇਂ 'ਚ ਛਲਾਂਗ ਮਾਰ ਕੇ ਜਾਨ ਕੁਰਬਾਨ ਕਰ ਦਿੱਤੀ। ਉਹ ਗਦਾ ਯਾਫੂਰ ਜਿਹਦੇ ਤੇ ਮੇਰੇ ਨਬੀ ਸਵਾਰੀ ਫਰਮਾਉਂਦੇ ਸਨ, ਤਿੰਨ ਦਿਨ ਮਦੀਨੇ ਦੀ ਗਲੀਆਂ 'ਚ ਫਿਰਦਾ ਰਿਹਾ। ਹਜ਼ੂਰ ਨਜ਼ਰੀ ਨਾ ਆਏ ਤੇ ਉਹਨੇ ਮਦੀਨੇ ਦੀਆਂ ਦੀਵਾਰਾਂ ਨੂੰ ਟੱਕਰਾ ਮਾਰ ਮਾਰ ਕੇ ਜਾਨ ਕੁਰਬਾਨ ਕਰ ਦਿੱਤੀ। ਨਬੀ ਕਰੀਮ ਅਲੈਹ ਸਲਾਮ ਦੇ ਬਾਅਦ ਸਹਾਬਾ ਦੀ ਹਾਲਤ ਹੋ ਗਈ ਕਿ ਹਜ਼ਰਤ ਬਿਲਾਲ ਹਬਸ਼ੀ ਮਦੀਨੇ ਦੀ ਗਲੀਆਂ 'ਚ ਫਿਰਦੇ ਨੇ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਸੀਨੇ ਲਾ ਕੇ ਫਰਮਾਉਂਦੇ ਨੇ, ਬੱਚੇ ਹੋ ਕਿਧਰੇ ਮੇਰਾ ਮਾਹੀ ਵੇਖਿਆ ਜੇ, ਤੇ ਬੱਚੇ ਰੋਣ ਲੱਗ ਪੈਂਦੇ ਨੇ ਤੇ ਬਿਲਾਲ ਹਬਸ਼ੀ ਰੋ ਕੇ ਫਰਮਾਉਂਦੇ ਨੇ, ਜੇ ਕਿਸੇ ਨੂੰ ਸਰਕਾਰ ਨਜ਼ਰੀ ਆਏ ਤੇ ਮੈਨੂੰ ਜ਼ਰੂਰ ਵਿਖਾਇਆ ਜੇ। ਹਜ਼ਰਤ ਅਬੂ ਬਕਰ ਸਦੀਕ ਦੀ ਹਾਲਤ ਹੋ ਗਈ, ਸਾਰਾ ਦਿਨ ਮਦੀਨੇ ਦੇ ਬਾਹਰ ਖੜੇ ਰਹਿੰਦੇ ਨੇ, ਸ਼ਾਮ ਵੇਲੇ ਘਰ ਆਉਂਦੇ ਨੇ ਤੇ ਘਰ ਵਾਲੇ ਪੁੱਛਦੇ ਨੇ ਦਿਨ ਕਿੱਥੇ ਗੁਜ਼ਾਰਿਆ ਜੇ, ਤੇ ਰੋ ਕੇ ਫਰਮਾਉਂਦੇ ਨੇ ਮਦੀਨੇ ਦੇ ਬਾਹਰ ਜਾ ਕੇ ਰਸਤੇ ਵੇਖਦਾ ਰਿਹਾ, ਹੋਰ ਕਿਸੇ ਰਾਹ 'ਚੋਂ ਮੇਰਾ ਮਾਹੀ ਵਾਪਸ ਆ ਜਾਵੇ। ਹਜ਼ਰਤ ਅਬਦੁੱਲਾ ਬਿਨ ਜ਼ੈਦ ਨਬੀ ਪਾਕ ਦੇ ਸਹਾਬੀ ਉਸ ਵੇਲੇ ਖੇਤਾਂ ਨੂੰ ਪਾਣੀ ਦੇ ਰਹੇ ਸਨ, ਜਵਾਨ ਪੁੱਤਰ ਨੇ ਜਾ ਕੇ ਆਖਿਆ, ਅਬੂ ਜੀ ਨਬੀ ਪਾਕ ਦੁਨੀਆਂ ਤੋਂ ਪਰਦਾ ਕਰ ਗਏ ਜੇ। ਸਹਾਬੀ ਨੇ ਮੁੜ ਕੇ ਪੁੱਤਰ ਵੱਲ ਵੀ ਨਹੀਂ ਵੇਖਿਆ, ਅਸਮਾਨ ਵੱਲ ਵੇਖ ਕੇ ਕਹਿਣ ਲੱਗੇ, ਯਾ ਅੱਲਾ, ਜੇ ਤੇਰਾ ਮਾਹੀ ਟੁਰ ਗਿਆ ਤੇ ਇਹਨਾਂ ਅੱਖੀਆਂ ਦਾ ਮੈਂ ਕਰਨਾ ਵੀ ਕੀ ਹੈ, ਇਹਨਾਂ ਅੱਖੀਆਂ ਦਾ ਨੂਰ ਵਾਪਸ ਲੈ, ਤੇਰੇ ਮਾਹੀ ਦੇ ਬਾਅਦ ਕਿਸੇ ਹੋਰ ਨੂੰ ਨਾ ਵੇਖਾਂ, ਕਿ ਤੇਰੇ ਅੱਖੀਆਂ ਦਾ ਵਜ਼ੂ ਹੀ ਨਾ ਟੁੱਟ ਜਾਵੇ, ਅੱਖਾਂ ਨਬੀਨਾ ਹੋ ਗਈਆਂ। ਮੀਆਂ ਸਾਹਿਬ ਫਰਮਾਉਂਦੇ ਨੇ, ਦੀਦੇ ਦਿਲ ਭਰ ਵੇਖਣ ਕਾਰਨ ਬਿਨ ਦਿਲ ਭਰ ਕਿਉਂ ਰੱਖਾਂ, ਜਿੰਨਾ ਅੱਖੀਆਂ ਨਾ ਦਿਲ ਭਰ ਦਿਸੇ ਪੱਠ ਪਵਨ ਉਹ ਅੱਖਾਂ। ਆਰ ਬਿਗੜੀ ਰਹਿਮਤੁੱਲਾ ਅਲੈਹ ਫਰਮਾਉਂਦੇ ਨੇ, ਤੁਰ ਗਏ ਨੇ ਦਿਲਦਾਰ ਦਿਲਾਂ ਦੇ ਵਤਨੋਂ ਛੁਕੇ ਮੁਹਰਾਂ, ਉਜੜੀ ਬਸਤੀ ਨਜ਼ਰੀ ਆਵੇ ਕੰਡ ਦਿੱਤੀ
ਗੁਲਾਮਾਂ ਤੇ ਜਾਨਵਰਾਂ ਦਾ ਹਾਲ ਹੋ ਗਿਆ। ਸੋਚੋ ਨਬੀ ਜੀ ਬੇਦੀ ਸੈਯਦ ਅਜ਼ਹਰ ਪਾਕ ਦਾ ਕੀ ਹਾਲ ਹੋਇਆ ਵੇਗਾ। ਸੈਯਦ ਅਜ਼ਹਰ ਪਾਕ ਨਬੀ ਕਰੀਮ ਤੋਂ ਬਾਅਦ 6 ਮਹੀਨੇ ਜ਼ਿੰਦਾ ਰਹੀਆਂ। ਕਿਨੇ ਵੀ ਰੋਂਦੀਆਂ, ਰਾਤ ਵੀ ਰੋਂਦੀਆਂ ਨੇ। ਅੱਧੀ ਰਾਤ ਵੇਲੇ ਆ ਕੇ ਨਬੀ ਕਰੀਮ ਦੀ ਖਬਰ ਤੇ ਲੇਟ ਜਾਂਦੀਆਂ ਨੇ ਤੇ ਅਰਜ਼ ਕਰਦੀਆਂ, ਬਾਬਾ ਤੁਹਾਡੇ ਬਾਪ ਮੇਰੇ ਕੋਲੋਂ ਨਹੀਂ ਜੀ ਆ ਜਾਣਾ, ਬਾਬਾ ਯਾ ਮੇਰੇ ਕੋਲ ਆ ਜਾਓ, ਜ਼ਰਾ ਨੂੰ ਨਾਲ ਲੈ ਜਾਓ। ਨੌਜਵਾਨੋ ਦਿਨੇ ਵੀ ਰੋਂਦੀਆਂ, ਰਾਤ ਵੀ ਰੋਂਦੀਆਂ ਨੇ। ਲੱਗੀਆਂ ਵਾਲ ਏ, ਇਹ ਲੱਗੀਆਂ ਵਾਲ ਏ, ਚੁੱਪ ਨਹੀਂ ਕਰੀ ਦੇ ਲੱਖ ਦਿਲਾਸੇ ਯਾਰ ਵਿਛੋੜਾ ਪਾ ਕੇ ਹੁਣ ਜਾਈਏ ਕਿਹੜੇ ਪਾਸੇ। ਨੌਜਵਾਨੋ ਵੇਲਾ ਗੁਜ਼ਰਦਾ ਜਾ ਰਿਹਾ, ਗੁਜ਼ਰਦਾ ਜਾ ਰਿਹਾ। ਤਿੰਨ ਰਮਜ਼ਾਨ ਦਾ ਦਿਹਾੜਾ ਆਇਆ, ਮੌਲਾ ਦੀ ਫਰਮਾਨ ਨੇ ਮੈਂ ਭਰੂ ਕਰ ਆਇਆ। ਸੈਯਦ ਅਜ਼ਹਰ ਪਾਕ ਨੂੰ ਵੇਖਿਆ, ਅੱਜ ਵੇਲੇ ਦੀ ਸਫਾਈ ਪਈਆਂ ਆਪ ਕਰਦੀਆਂ ਨੇ, ਪੁੱਤਰਾਂ ਨੂੰ ਗੁਸਲ ਪਈਆਂ ਆਪ ਕਰਾਉਂਦੀਆਂ ਨੇ, ਖਾਣਾ ਬਣਾ ਕੇ ਬੱਚਿਆਂ ਨੇ ਆਪ ਖਿਲਾ ਰਹੀਆਂ। ਮੌਲਾ ਦੀ ਫਰਮਾਨ ਲੱਗੇ, ਜ਼ਾਰਾ ਅੱਜ ਮੈਂ ਬੜਾ ਰਾਜ਼ੀ ਹਾਂ, ਅੱਜ ਤੁਹਾਡੀ ਤਬੀਅਤ ਸੰਭਲ ਗਈ ਹੈ। ਮੌਲਾ ਦੀ ਦਾਦਾ ਮਨ ਪਕੜ ਕੇ ਕਮਰੇ ਚ ਲੈ ਗਈਆਂ। ਫਰਮਾਨ ਲੱਗਿਆ, ਮੌਲਾ ਅਲੀ ਤੇਰਾ ਪੁੱਤਰਾਂ ਨੂੰ ਨਾਨੇ ਦੇ ਰੋਦੇ ਤੇ ਭੇਜੇ ਆ ਜੇ, ਦੋ ਜ਼ਰੂਰੀ ਗੱਲਾਂ ਕਰਨੀਆਂ ਨੇ। ਮੌਲਾ ਅਲੀ ਨੇ ਫਰਮਾ, ਪੁੱਤਰੋ ਜਲਦੀ ਜਾਓ, ਜਾ ਕੇ ਨਾਨੇ ਦੇ ਰੋਦੇ ਤੇ ਮਾਂ ਲਈ ਦੁਆ ਕਰਕੇ ਆਓ। ਹਸਨੈਨ ਕਰੀਮੈਨ ਰੋਂਦੇ ਬਾਹਰ ਚਲੇ ਗਏ। ਸੈਯਦਾ ਦੀ ਤਬੀਅਤ ਨਾ ਸਾਦੇ ਹੋ ਗਈ। ਮੌਲਾ ਅਲੀ ਦੀ ਗੋਦੀ ਚ ਸਰੇ ਇੱਕ ਦਸ ਰੱਖਿਆ। ਫਰਮਾਨ ਲੱਗੀਆਂ, ਮੌਲਾ ਅਲੀ ਅੱਜ ਅੱਧੀ ਰਾਤ ਵੇਲੇ ਮੇਰੀ ਅੱਖ ਲੱਗ ਗਈ, ਮੇਰੇ ਬਾਬਾ ਮੇਰੇ ਖਾਬ ਦੇ ਅੰਦਰ ਆਏ। ਮੈਂ ਬਾਬਾ ਨੂੰ ਜੱਫਾ ਮਾਰਿਆ, ਅਰਜ਼ ਕੀਤੀ, ਬਾਬਾ ਦੀਆਂ ਨਾਲ ਇੰਜ ਨਹੀਂ ਖਰੀਦੋ, ਦਿਨੇ ਵੀ ਰੋਨੀ ਆ, ਰਾਤ ਵੀ ਰੋਨੀ ਆ, ਅੰਮੀ ਵੀ ਟੁਰ ਗਈਆਂ ਨੇ, ਮੇਰਾ ਵੀਰ ਵੀ ਕੋਈ ਨਹੀਂ, ਤੁਸੀਂ ਵੀ ਜੁਦਾਈਆਂ ਦੇ ਗਏ ਹੋ, ਬਾਬਾ ਮੇਰੇ ਕੋਲੋਂ ਤੁਹਾਡੇ ਬਾਅਦ ਨਹੀਂ ਜੀ ਆ ਜਾਣਾ, ਯਾ ਜ਼ਰਾ ਖੁਲਿਆ ਜਾਓ, ਯਾ ਜ਼ਰਾ ਨੂੰ ਨਾਲ ਲੈ ਜਾਓ। ਮੇਰੇ ਆਕਾ ਨੇ ਸੀਨੇ ਲਾ ਕੇ ਫਰਮਾਇਆ, ਬੇਟੀ ਰੋਣਾ, ਕਿ ਦਿਲ ਤੇਰਾ ਨਹੀਂ ਲੱਗਦਾ, ਦਿਲ ਮੇਰਾ ਵੀ ਨਹੀਂ ਲੱਗਦਾ। ਫਰਮਾਇਆ, ਬੇਟੀ ਤਿਆਰੀ ਕਰ ਲੈ, ਮੈਂ ਸਾਰੇ ਨਬੀਆਂ ਨੂੰ ਲੈ ਕੇ ਤੇਰੀ ਰੂਹ ਦਾ ਇਸਤਕਬਾਲ ਕਰਨ ਆਇਆ ਵਾ। ਸੈਯਦਾ ਨੇ ਹੱਥ ਜੋੜ ਲਏ, ਫਰਮਾਉਣ ਲੱਗੀਆਂ, ਮੌਲਾ ਅਲੀ ਅੱਜ ਮੇਰੀ ਆਖਰੀ ਰਾਤ ਹੈ, ਮੈਂ ਆਪਣੇ ਬਾਬਾ ਕੋਲ ਟੁਰ ਚੱਲੀ ਹਾਂ। ਮੌਲਾ ਅਲੀ ਚੀਖਾਂ ਮਾਰ ਕੇ ਰੋਣ ਲੱਗ ਪਏ। ਫਰਮਾਇਆ, ਦਾ ਅਜੇ ਤੇ ਨਬੀ ਦਾ ਵੇ ਛੋੜਾ ਨਹੀਂ ਭੁੱਲਿਆ, ਆਪਣੇ ਜਾਨ ਦੀਆਂ ਗੱਲਾਂ ਨਾ ਕਰ, ਨਿੱਕੇ ਨਿੱਕੇ ਬੱਚੇ ਨੇ। ਫਰਮਾਨ ਲੱਗੀਆਂ, ਕੀ ਕਰਾਂ, ਬਾਬਾ ਬਗੈਰ ਦਿਲ ਨਹੀਂ ਲੱਗਦਾ। ਅਰਜ਼ ਕਰਦੀਆਂ, ਵੇਲਾ ਥੋੜਾ ਰਹਿ ਗਿਆ, ਮੇਰੀਆਂ ਚਾਰ ਵਸੀਅਤਾਂ ਪੂਰੀਆਂ ਕਰਦੇ ਆ ਜੇ। ਮੌਲਾ ਅਲੀ ਨੇ ਰੋ ਕੇ ਫਰਮਾਇਆ, ਦਾਰਾ ਬੋਲੋ, ਲੋਕੋ ਜਦੋਂ ਪਹਿਲੀ ਵਸੀਅਤ ਵੇਲਾ ਆਇਆ, ਨਬੀ ਦੀ ਸ਼ਹਿਜ਼ਾਦੀ ਨੇ ਹੱਥ ਜੋੜ ਲਏ। ਫਰਮਾਨ ਲੱਗੀਆਂ, ਮੌਲਾ ਅਲੀ ਜ਼ਿੰਦਗੀ ਇਕੱਠਿਆਂ ਗੁਜ਼ਾਰੀ ਹੈ, ਤੁਹਾਡੇ ਬੱਚਿਆਂ ਦੀ ਮਾਵਾਂ ਕਦੇ ਖਿਦਮਤ ਕੋਤਾ ਹੀ ਹੋਈ ਹੋਵੇ, ਆਪਣੀ ਜ਼ਾਰਾ ਨੂੰ ਮਾਫ਼ ਕਰਦੇ ਆ ਜੇ। ਕਦੇ ਆਬਾਦ ਦਿੱਤੀ ਹੋਵੇ, ਮੈਂ ਇਬਾਦਤ ਕਰਦਿਆਂ ਸੁਣੀ ਨਾ ਹੋਵੇ, ਅਲੀ ਮੈਨੂੰ ਮਾਫ਼ ਕਰਦੇ ਆ ਜੇ। ਬੀਵੀ ਸਮਝ ਕੇ ਮਾਫ਼ੀ ਨਾ ਦਿਆ ਜੇ, ਬੱਚਿਆਂ ਦੀ ਮਾਂ ਸਮਝ ਕੇ ਮਾਫ਼ੀ ਨਾ ਦਿਆ ਜੇ, ਮੈਨੂੰ ਮੁਹੰਮਦ ਦੀ ਸਮਝ ਕੇ ਮਾਫ਼ੀ ਦਿਆ ਜੇ। ਮੌਲਾ ਅਲੀ ਚੀਖਾਂ ਮਾਰ ਕੇ ਰੋਣ ਲੱਗ ਪਏ। ਫਰਮਾਇਆ, ਜ਼ਾਰਾ ਇੰਜ ਦੀਆਂ ਗੱਲਾਂ ਨਾ ਕਰ, ਮੈਂ ਬੜਾ ਰਵੀਆਂ। ਸੈਯਦਾ ਨੇ ਦੁਬਾਰਾ ਹੱਥ ਜੋੜ ਲਏ। ਫਰਮਾਨ ਲੱਗੀਆਂ, ਦੂਸਰੀ ਵਸੀਅਤ ਹੈ, ਮੇਰਾ ਜਨਾਜ਼ਾ ਰਾਤ ਨੂੰ ਲੈ ਕੇ ਜਾਇਆ ਜੇ, ਮੈਨੂੰ ਕਿਸੇ
ਕਿਸੇ ਨਹੀਂ ਵੇਖਿਆ ਮੇਰਾ ਜਨਾਜ਼ਾ ਵੀ ਕੋਈ ਨਾ ਵੇਖੇ ਮੇਰੇ ਪਰਦੇ ਦਾ ਖਿਆਲ ਰੱਖਿਆ ਜੀ ਤੀਸਰੀ ਵਸੀਅਤ ਦਾ ਵੇਲਾ ਆਇਆ ਉਹ ਲੋਗੋ ਕਲੇਜਾ ਫਟ ਜਾਂਦਾ ਨਬੀ ਦੀ ਸ਼ਹਿਜ਼ਾਦੀ ਨੇ ਹੱਥ ਜੋੜ ਲਏ ਫਰਮਾਨ ਲੱਗਿਆ ਮੌਲਾ ਅਲੀ ਜਿਨ੍ਹਾਂ ਦੀਆਂ ਮਾਵਾਂ ਬਚਪਨ ਚ ਤੁਰ ਜਾਂਦੀਆਂ ਨੇ ਉਹ ਨੁਕਰੇ ਬਹਿ ਕੇ ਰੋਂਦੇ ਨੇ ਉਹਦੀਆਂ ਦੀਵਾਰਾਂ ਨਾਲ ਲੱਗ ਜਾਂਦੀਆਂ ਨੇ ਮੌਲਾ ਅਲੀ ਮੈਂ ਤੁਰ ਚੱਲੀ ਆਂ ਮੇਰਾ ਹਸਨ ਰੋਵੇ ਨਾ ਮੇਰਾ ਹੁਸੈਨ ਰੋਵੇ ਨਾ ਮੇਰੀ ਜ਼ੈਨਬ ਤੇ ਕੁਲਸੂਮ ਨਾਲ ਪਿਆਰ ਕਰੇ ਆ ਜੇ ਮੈਂ ਜਾਂਦੀ ਵਾਰੀ ਬੇੜਾ ਸਾਫ ਕਰ ਚੱਲੀ ਕੱਲ ਤੁਸਾਂ ਮੇਰੇ ਕਫਨ ਦਫਨ ਚ ਲੱਗੇ ਜਾਣਾ ਏ ਪਤਾ ਨੀ ਕੋਈ ਮੇਰੇ ਬੱਚਿਆਂ ਨੂੰ ਖਾਣਾ ਖਿਲਾਵੇ ਕਿ ਨਾ ਖਿਲਾਵੇ ਮੈਂ ਜਾਂਦੀ ਵਾਰੀ ਖਾਣਾ ਖਿਲਾ ਚੱਲੀ ਕਰਬਲਾ ਦੀ ਦੂੜ ਇਹਨਾਂ ਦੀਆਂ ਜ਼ੁਲਫਾਂ ਚ ਪੈਣੀ ਏ ਮੈਂ ਜਾਂਦੀ ਵਾਰੀ ਗੁਸਲ ਕਰਾ ਕੇ ਜ਼ੁਲਫਾਂ ਸਵਾਰ ਚੱਲੀਆਂ ਮੌਲਾ ਅਲੀ ਫਰਮਾਨ ਲੱਗੇ ਦਾਦਾ ਉਹ ਤੇਰੀ ਨਹੀਂ ਮੇਰੀ ਵੀ ਔਲਾਦ ਨੌਜਵਾਨੋ ਚੌਥੀ ਵਸੀਅਤ ਦਾ ਵੇਲਾ ਆਇਆ ਸੈਯਦਾ ਉਹਨੇ ਹੱਥ ਜੋੜ ਲਏ ਫਰਮਾਨ ਲੱਗੀਆਂ ਮੌਲਾ ਅਲੀ ਜ਼ਿੰਦਗੀ ਇਕੱਠਿਆਂ ਗੁਜ਼ਰੀ ਹੈ ਅਲੀ ਤੁਹਾਡੇ ਬੱਚਿਆਂ ਦੀ ਮਾਂ ਜਦੋਂ ਮੈਂ ਟੁਰ ਜਾਵਾਂ ਮੈਨੂੰ ਭੁੱਲ ਨਾ ਜਾਇਆ ਜੇ ਆਪਣੀ ਜ਼ਾਰਤ ਯਾਦ ਰੱਖਿਆ ਜੇ ਮੇਰੀ ਕਬਰ ਤੇ ਆਉਂਦੇ ਜਾਂਦੇ ਨੇ ਆਜ ਮੌਲਾ ਅਲੀ ਨੇ ਵੀ ਹੱਥ ਜੋੜ ਲਏ ਫਰਮਾਇਆ ਜ਼ਾਰਾ ਤੂੰ ਨਬੀ ਦੀ ਸ਼ਹਿਜ਼ਾਦੀ ਸੈਂ ਮੈਂ ਫਕੀਰ ਜਿਹਾ ਬੰਦਾ ਵਾ ਤੇਰੀਆਂ ਖਿਦਮਤਾਂ ਨਹੀਂ ਕਰ ਸਕਿਆ ਜ਼ਾਰਾ ਆਪਣੇ ਬਾਬਾ ਨੂੰ ਅਲੀ ਦੀ ਅਸ਼ਕਤ ਨਾ ਲਵੀ ਮੇਰੇ ਆਕਾ ਨੂੰ ਮੇਰਾ ਸਲਾਮ ਕਹਿ ਦੇਵੀ ਸੈਯਦਾ ਵੀ ਰੋ ਰਹੀਆਂ ਮੌਲਾ ਅਲੀ ਵੀ ਰੋ ਰਹੇ ਹਸਨੈਨ ਰੋਂਦੇ ਆ ਗਏ ਕਹਿਣ ਲੱਗੀ ਅੰਮਾ ਅਜੇ ਜਾਈ ਨਾ ਮੌਲਾ ਅਲੀ ਨੇ ਸੀਨੇ ਲਾ ਕੇ ਫਰਮਾਇਆ ਕਿਉਂ ਰੋਂਦੇ ਹੋ ਅਰਜ਼ ਕੀਤੀ ਬਾਬਾ ਨਾਨੇ ਦੇ ਰੋਦੇ ਤੇ ਜਾ ਰਹੇ ਸਾਂ ਦੋ ਸੋਹਣੀਆਂ ਸ਼ਕਲਾਂ ਨਜ਼ਰੀ ਆਈਆਂ ਉਹਨਾਂ ਆਖਿਆ ਜਲਦੀ ਜਾਓ ਜਾ ਕੇ ਮਾਂ ਵੇਖ ਲਓ ਮਾਂ ਟੁਰ ਚੱਲੀ ਜੇ ਅਸਾਂ ਪੁੱਛਿਆ ਤੁਸੀਂ ਕੌਣ ਹੋ ਫਰਮਾਇਆ ਅੱਲਾਹ ਦੇ ਨਬੀ ਇਬਰਾਹੀਮ ਤੇ ਇਸਮਾਈਲ ਅਸੀਂ ਸਾਰੇ ਨਬੀ ਤੁਹਾਡੀ ਮਾਂ ਦੀ ਰੂਹ ਨੂੰ ਲੈਣ ਆਇਆ ਤੁਮਾਂ ਪੁੱਤਰਾਂ ਨੇ ਮਾਂ ਦੇ ਕਦਮਾਂ ਤੇ ਓਟ ਰੱਖੇ ਸੈਯਦਾ ਦੀ ਰੂਹ ਪਰਵਾਦ ਕਰ ਗਈ ਮੀਆਂ ਸਾਹਿਬ ਫਰਮਾਉਂਦੇ ਨੇ ਇਹ ਮਾਵਾਂ ਵਾਲੇ ਮਾਵਾਂ ਦੇ ਕੋਲੇ ਕਿਸੇ ਫਰਿਆਦ ਲੈ ਜਾਂਦੇ ਪਰ ਮੋਈਆਂ ਮਾਵਾਂ ਵਾਲੇ ਰੋ ਰੋ ਆਪੇ ਚੁੱਪ ਕਰ ਜਾਂਦੇ ਹਜ਼ੂਰ ਦੇ ਵਿਸਾਲ ਦੇ ਬਾਅਦ ਗੁਲਾਮਾਂ ਦੀ ਇਹ ਹਾਲਤ ਹੋਈ ਜਾਨਵਰਾਂ ਦੀ ਇਹ ਹਾਲਤ ਹੋਈ ਬੇਟੀ ਦੀ ਆਹ ਹਾਲਤ ਹੋ ਗਈ ਸੀਰਤ ਨਿਗਾਰ ਲਿਖਦੇ ਨੇ ਲੋਕ ਇੰਜ ਰੋਂਦੇ ਸਨ ਨਬੀ ਪਾਕ ਦੇ ਵਿਸਾਲ ਦੇ ਵੇਲੇ ਕਿ ਇੰਜ ਲੱਗਦਾ ਸੀ ਆਸਮਾਨ ਫਟ ਕੇ ਜ਼ਮੀਨ ਤੇ ਗਿਰ ਜਾਏਗਾ ਮਕਾਨਾਂ ਦੀਆਂ ਛੱਤਾਂ ਉੜ ਜਾਣਗੀਆਂ ਮੇਰੀ ਮਿਲਤ ਦੇ ਨੌਜਵਾਨੋ ਮਾਵਾਂ ਦੁੱਧ ਪੀਲਾਂ ਦੇ ਬੱਚੇ ਸੁੱਟ ਕੇ ਬਾਹਰ ਦੌੜ ਪਈਆਂ ਨਿੱਕੇ ਨਿੱਕੇ ਮਦੀਨੇ ਦੇ ਬੱਚੇ ਪੁੱਛਦੇ ਹੁੰਦੇ ਸਨ ਅੰਮਾ ਹਜ਼ੂਰ ਨੇ ਮਦੀਨੇ ਕਦੋਂ ਆਉਣਾ ਹੈ ਤੇ ਮਾਵਾਂ ਦੀਆਂ ਸੁਣ ਕੇ ਚੀਖਾਂ ਨਿਕਲ ਜਾਂਦੀਆਂ ਸਨ ਗ੍ਰਾਮੀ ਕਦਰ ਹਜ਼ਰਾਤ ਬਾਬਾ ਫਰੀਦ ਨੇ ਫਰਮਾਇਆ ਵਿਛੋੜਾ ਨਾ ਕਿਸੇ ਦੇ ਪੇਸ਼ ਆਵੇ ਉਹ ਕਿਸੇ ਦਾ ਯਾਰ ਨਾ ਪਰਦੇਸ ਜਾਵੇ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਦੇ ਗੁਲਾਮੋ ਅਸੀਂ ਸਾਰੇ ਇਸ ਵਾਸਤੇ ਹਾਜ਼ਰ ਹਾਂ ਇਹ ਸਾਡੇ ਸੀਨਿਆਂ ਦੇ ਅੰਦਰ ਰਸੂਲ ਅਰਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਇਸ਼ਕ ਹਜ਼ੂਰ ਦੀ ਮੁਹੱਬਤ ਪੈਦਾ ਹੋ ਜਾਏ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਜਿਹੜਾ ਜੁਮੇ ਵਾਲੇ ਦਿਨ ਮੇਰੇ ਤੇ ਦਰੂਦ ਪੜੇ ਸੈਯਦ ਆਲਮ ਨੇ ਫਰਮਾਇਆ ਕਿ ਜੇ ਇਸ਼ਕ ਤੋਂ ਬਗੈਰ ਪੜੇ ਤੇ ਫਰਿਸ਼ਤੇ ਪਹੁੰਚਾ ਦਿੰਦੇ ਨੇ ਜੇ ਇਸ਼ਕ ਨਾਲ ਪੜੇ ਤੇ ਮੈਂ ਮੁਹੰਮਦ ਆਪਣੇ ਕੰਨਾਂ ਨਾਲੋਂ ਦਰੂਦ ਸੁਣਨਾ ਫਰਮਾਇਆ ਇਨਮਾ ਹਰਮ ਅਲਲ ਅਰਦੀ ਅੰ ਤਾਕੁਲ ਅਜਸਾਦ ਅਲ ਅੰਬੀਆ ਫਨਬੀਯੁਲਾਹ ਹਯੂ ਯੁਰਜ਼ਕ ਫਰਮਾਇਆ ਕਿ ਨਬੀਆਂ ਦਾ ਜਿਸਮ ਖਾਣਾ ਅੱਲਾ ਨੇ ਜ਼ਮੀਨ ਤੇ ਹਰਾਮ ਕਰ ਦਿੱਤਾ ਨਬੀ ਜ਼ਿੰਦਾ ਨੇ ਖਾਵਣ ਨੂੰ ਰੱਬ ਰਿਜ਼ਕ ਵੀ ਅਤਾ ਕਰ ਦੇ ਆਖਿਰ ਤੇ ਮੈਂ ਖਤਮ ਨਬੂਵਤ ਦੇ ਹਵਾਲੇ ਨਾਲ ਗੱਲ ਕਰਨੀ ਅਫਜ਼ਲ ਕਾਦਰੀ ਸਾਹਿਬ ਕਹਿ ਰਹੇ ਸੁਣੋ ਜ਼ਰੂਰ ਸੁਣਾਇਓ
ਤੁਸੀਂ ਸੁਭਾਨ ਅੱਲਾ ਬਿਲਕੁਲ ਨਹੀਂ ਬੋਲਣੀ ਤੇ ਮੈਂ ਸੁਣਾ ਦੇਣਾ। ਮੈਨੂੰ ਪਤਾ ਮਸਤ ਹੋ ਗਿਓ, ਪਰ ਸ਼ੇਖ ਸਾਦੀ ਫਰਮਾਉਂਦੇ ਨੇ ਊਂਟ ਮਸਤਿਆ ਹੋਵੇ ਤੇ ਇੱਕ ਮਨ ਦੀ ਬਜਾਏ ਦੋ ਮਨ ਪਾਰ ਚੁੱਕ ਜਾਂਦਾ ਹੈ। ਮਸਤੀ ਹੈ ਰਸੂਲ 'ਚ ਬੋਲੀ ਜਾਓ ਸੁਭਾਨ ਅੱਲਾ। ਰਾਵਲ ਪਿੰਡੀ ਦਾ ਬਾਜ਼ਾਰ ਤੇ ਸੁੰਨੀ ਮਾਵਾਂ ਦੇ ਪੁੱਤਰਾਂ ਦਾ ਜਲੂਸ ਜਾ ਰਿਹਾ। ਇਸ ਤਰ੍ਹਾਂ ਸੁੰਨੀ ਮਾਵਾਂ ਦੇ ਬੱਚੇ ਇਕੱਠੇ ਹੋ ਕੇ ਨਾ ਤੇ ਉਹ ਨਾਰੇ ਲਗਾਉਂਦੇ ਜਾ ਰਹੇ, ਤਾਜਦਾਰੇ ਖਤਮੇ ਨਬੂਵਤ, ਹੱਥ ਚਾ ਕੇ ਬਈ ਤਾਜਦਾਰੇ ਖਤਮੇ ਨਬੂਵਤ। ਵੇਖੋ ਕਿੰਨੇ ਨਹੀਂ ਬੋਲਿਆ ਬਲਾ ਤਾਜਦਾਰੇ ਖਤਮੇ ਨਬੂਵਤ। ਸਾਰੇ ਨੌਜਵਾਨ ਨਾਰੇ ਲਗਾਉਂਦੇ ਜਾ ਰਹੇ। ਪਾਕਿਸਤਾਨ ਦਾ ਗਵਰਨਰ ਜਨਰਲ ਉਸ ਵੇਲੇ ਮੁਹੰਮਦ ਖਾਨ, ਉਹਨੇ ਹੁਕਮ ਦਿੱਤਾ ਕਿ ਇਸ ਜਲੂਸ ਤੇ ਗੋਲੀ ਚਲਾ ਦਿਓ। ਗੋਲੀ ਚੱਲ ਗਈ, ਨੌਜਵਾਨ ਸ਼ਹੀਦ ਹੋ ਗਏ। ਅੱਜ ਮੈਂ ਫੈਜ਼ਾਬਾਦ ਤੇ ਲਾਹੌਰ ਸ਼ਹੀਦ ਹੋਏ ਨਾ, ਨੌਜਵਾਨ ਸ਼ਹੀਦ ਹੋ ਗਏ, ਕੁਛ ਗ੍ਰਿਫਤਾਰ ਹੋ ਗਏ। ਉਹ ਜਿਹੜੇ ਗ੍ਰਿਫਤਾਰ ਹੋਏ ਨਾ, ਉਹ ਜਦੋਂ ਰਾਵਲ ਪਿੰਡੀ ਥਾਣੇ 'ਚ ਪਹੁੰਚੇ ਤਾਂ ਉਹਨਾਂ 'ਚ ਇੱਕ 10 ਸਾਲ ਦਾ ਸੁੰਨੀ ਮਾਂ ਦਾ ਬੱਚਾ ਵੀ ਸੀ। ਉਹ ਬੱਚਾ ਥਾਣੇ ਜਾ ਕੇ ਵੀ ਆਖੇ ਤਾਜਦਾਰੇ ਖਤਮੇ ਨਬੂਵਤ, ਤਾਜਦਾਰੇ ਖਤਮੇ ਨਬੂਵਤ, ਤਾਜਦਾਰੇ ਖਤਮੇ ਨਬੂਵਤ। ਥਾਣੇਦਾਰ ਬੱਚੇ ਦੇ ਕਰੀਬ ਆ ਕੇ ਕਹਿਣ ਲੱਗਾ ਬੜੇ ਖਤਮੇ ਨਬੂਵਤ ਦੇ ਨਾਰੇ ਲਗਾਉਣਾ ਹੈ। ਥਾਣੇਦਾਰ ਕਹਿਣ ਲੱਗਾ ਬੱਚਿਆ ਮੁਰਗਾ ਬਣ ਜਾਓ। ਬੱਚਾ ਮੁਰਗਾ ਬਣ ਗਿਆ, ਉਹਨੇ ਕੰਨ ਪਕੜ ਲਏ। ਥਾਣੇਦਾਰ ਕਹਿਣ ਲੱਗਾ ਬੱਚਿਆ ਬੜੇ ਖਤਮੇ ਨਬੂਵਤ ਦੇ ਨਾਰੇ ਲਗਾਉਣਾ ਹੈ, ਦੱਸ ਤੈਨੂੰ ਕਿੰਨੀਆਂ ਜੁੱਤੀਆਂ ਮਾਰਾਂ। ਬੱਚਾ ਕਹਿਣ ਲੱਗਾ ਥਾਣੇਦਾਰਾ ਉਹਨੀਆਂ ਹੀ ਮਾਰ ਲੈ ਜਿੰਨੀਆਂ ਕਿਆਮਤ ਨੂੰ ਖਾ ਸਕਣਾ। ਜ਼ੁਲਫਕਾਰ ਆਦਰੀ ਸਾਹਿਬ ਕਹਿੰਦੇ ਨੇ ਇੱਕ ਵਾਰੀ ਫਿਰ ਜੁਮਲਾ ਬੋਲੋ। ਮੈਂ ਬੋਲਾਂ ਜੀ, ਇੱਕ ਵਾਰੀ ਫਿਰ ਨਾਰਾ ਲਗਾਓ ਤੇ। ਥਾਣੇਦਾਰ ਬੱਚੇ ਨੂੰ ਕਹਿਣ ਲੱਗਾ ਮੁਰਗਾ ਬਣ ਜਾ, ਬੱਚਾ ਮੁਰਗਾ ਬਣ ਗਿਆ। ਥਾਣੇਦਾਰ ਕਹਿਣ ਲੱਗਾ ਬੱਚਿਆ ਬੜੇ ਖਤਮੇ ਨਬੂਵਤ ਦੇ ਨਾਰੇ ਲਗਾਉਣਾ ਹੈ, ਦੱਸ ਤੈਨੂੰ ਕਿੰਨੀਆਂ ਜੁੱਤੀਆਂ ਮਾਰਾਂ। ਬੱਚਾ ਕਹਿਣ ਲੱਗਾ ਥਾਣੇਦਾਰਾ ਉਹਨੀਆਂ ਹੀ ਮਾਰ ਲੈ ਜਿੰਨੀਆਂ ਕਿਆਮਤ ਨੂੰ ਖਾ ਸਕਣਾ। ਸਾਰੇ ਬੋਲੋ ਆਸੀ ਸਾਹਿਬ ਬਿਸਮਿਲ੍ਲਾ। ਹੁਣ ਲੁੱਤੋ ਬਚ ਗਿਆ, ਭਾਵੇਂ 8 ਵਜੇ ਤੱਕ ਲੱਗੇ ਰਹੋ। ਗਾਜ਼ੀ ਇਲਮੁਦੀਨ ਦੀ ਗੱਲ ਸੁਣਾਓ ਤੇ ਫਿਰ ਸੁਣਾ ਦੇਵਾਂ ਜੀ। ਆਖੋ ਸੁਭਾਨ ਅੱਲਾ। ਇਹ ਥੋੜੇ ਬੰਦੇ ਬੋਲੇ, ਨਹੀਂ ਤੇ ਮੈਂ ਸੁਣਾ ਦੇਣੀ ਸੀ ਜੀ। ਬੰਦੇ ਥੋੜੇ ਬੋਲੇ, ਸਿਆਣੇ ਕਹਿੰਦੇ ਨੇ ਜਿਹਦਾ ਖਾਈਏ ਅੱਲਾ ਹੋ, ਅੱਲਾ ਹੋ, ਅੱਲਾ ਹੋ, ਹੱਥ ਚੁੱਕੇ ਯਾਰ ਅੱਲਾ ਹੋ, ਅੱਲਾ ਹੋ, ਅੱਲਾ ਹੋ, ਹੋ, ਅੱਲਾ ਹੋ, ਅੱਲਾ ਹੋ, ਅੱਲਾ ਹੋ, ਆਮੀਨ। ਸਿਆਣੇ ਕਹਿੰਦੇ ਨੇ ਜਿਹਦਾ ਖਾਈਏ ਉਹਦਾ, ਮੈਨੂੰ ਨਹੀਂ ਪਤਾ ਤੁਹਾਡੇ ਲਈ ਲੰਗਰ ਹੈ ਕਿ ਨਹੀਂ, ਪਰ ਇਹ ਹੈ ਜੀ। ਜੀ ਲੰਗਰ ਵੀ ਹੈ ਤੇ ਤੁਹਾਡੇ ਸ਼ਾਇਦ ਇਲਮ ਚ ਨਹੀਂ, ਮੁਕੰਮਲ ਉਮਰੇ ਦਾ ਪੈਕੇਜ ਦਿੱਤਾ ਜਾਣਾ ਕੁਰਾਨ ਦਸੀ ਹੋਣੀ, ਨਾਲ 500 ਰਿਆਲ ਵੀ ਦੇਣਾ, ਜਹਾਜ਼ ਚ ਖੁਦ ਬਿਠਾ ਕੇ ਆਣਾ। ਤੇ ਫਿਰ ਕਿਉਂ ਨਹੀਂ ਬੋਲਦੇ ਬਾਈ ਤੁਸੀਂ? ਅੱਛਾ ਜਿਹਦੀ ਅੰਮੀ ਨੇ ਦੱਸ ਕੇ ਭੇਜਿਆ ਤੂੰ ਤੇ ਪਲਿਆ ਹੀ ਮੁਸਤਫਾ ਦੇ ਲੰਗਰ ਤੇ, ਉਹ ਸੁੰਨੀ ਮਾਂ ਦਾ ਪੁੱਤਰ ਬੋਲੇ ਸੁਭਾਨ ਅੱਲਾ। ਅੱਜ ਜਿਹਨੇ ਜਿਹਨੇ ਅਜੇ ਵੀ ਹੱਥ ਨਹੀਂ ਨਾ ਚੁੱਕਿਆ, ਨਾਲ ਦਾ ਬੇਲੀ ਫੜ ਕੇ ਚੁੱਕ ਕੇ ਜਗਾ ਕੇ ਹਿਲਾ ਕੇ ਬੋਲੋ ਸੁਭਾਨ ਅੱਲਾ। ਹੋ ਸਕਦਾ ਕੋਈ ਆ ਕੇ ਆਸੀ ਸਾਹਿਬ ਕਿਉਂ, ਜਿਹੜਾ ਵੀ ਆਇਆ ਉਹਨੇ ਆ ਕੇ ਹੱਥ ਖੜੇ ਕਰ ਲਓ, ਰਿਜ਼ਵੀ ਸਾਹਿਬ ਆਇਆ ਉਹਨਾਂ ਆਖਿਆ ਹੱਥ ਖੜੇ ਕਰ ਲਓ, ਮਦਨੀ ਸਾਹਿਬ ਉਹਨਾਂ ਆਖਿਆ ਹੱਥ ਖੜੇ ਕਰ ਲਓ, ਜ਼ੁਲਫਿਕਾਰ ਸਾਹਿਬ ਆਏ ਉਹਨਾਂ ਆਖਿਆ ਹੱਥ ਖੜੇ ਕਰ ਲਓ, ਕਰੀ ਸਾਹਿਬ ਆਏ ਹੱਥ ਖੜੇ ਕਰ ਲਓ, ਤੁਸੀਂ ਵੀ ਆਏ ਹੋ ਤੇ ਹੱਥ ਖੜੇ ਕਰ ਲਓ। ਹੱਥ ਕਿਉਂ ਖੜੇ ਕਰਵਾਉਂਦੇ ਹੋ? ਮੈਂ ਅੱਜ ਦੱਸ ਹੀ ਜਾਵਾਂ ਕਿਉਂ ਖੜੇ ਕਰਵਾਉਂਦੇ। ਮੈਂ ਮਿੰਬਰ ਰਸੂਲ ਤੇ ਬੈਠਾ, ਮੈਂ ਕਸਮ ਉਠਾ ਕੇ ਮਿੰਬਰ ਵਾਲੇ ਦੀ ਕਹਿੰਦਾ, ਤੁਹਾਡੇ ਹੱਥ ਖੜਾ ਕਰਨ 'ਚ ਸਾਡਾ ਕੋਈ ਫਾਇਦਾ ਨਹੀਂ, ਨਾ ਵੀ ਬੋਲੋ ਤੇ ਅਸਾਂ ਤੇ ਪੜ੍ਹੀ ਜਾਣਾ ਹੁੰਦਾ ਹੈ।
پر ہاتھ اس واسطے کھڑے کروانے ہاں کہ سورہ یاسین چ اللہ نے فرمایا الیوم نختم علی افواہہم وتکلمنا ایدیہم، اللہ فرماندا قیامت نو زباناں بند ہو جان گیاں ہاتھ بولن گے، تے میرا جی کردا جدو قیامت نو اللہ ہاتھ نو پوچھے اے کی کردا سی، تے ہاتھ اے نا اکھے دودھ وچ پانی پاندا سی، پٹھے وڈھ کے لے جاندا سی، موبائل چوری کردا سی، جتیاں دوسرے جتیاں پا کے، نہیں نہیں ہاتھ آ کے یا اللہ معاف کر دے، جو بھی کردا سی جدو تیرے ماہی دا نام ہوندا سی میں اونچا ہو کے زبان اللہ کہ واہ واہ واہ، ہور اونچا بولو سبحان اللہ، اج گلا خراب ہو جائے صبح لوگ پوچھن تیرے گلے نو کی ہویا، تے آکھی راتی ساڈے پنڈ نبی پاک دا ملا سی میں سبحان اللہ کہندا رہیا۔ 31 اکتوبر 1929 عیسوی دی رات سی، تے آخری رات سی غازی علم دین شہید دی، بتانو دساں نبی پاک وصال دے بعد وی کیویں ملنا ہوندا، آ کوئی اے نہ سمجھے ہورے وصال ہو گیا تے چلے گئے، نا نا، بے شمار بجوات والے ہو، غازی المدین ایک ایسی عشق دل کیر لاہور تو لے کے مدینے تک بنا گیا ہے، قیامت تک جن نے عاشق ہون گے اسے لکیر دے فقیر رہن گے، سارے اسے لکیر دے فقیر رہن گے، اور جن نے او دے بعد عاشق ہے سارے اسے لکیر دے فقیر رہے، پامے عمر چیمہ شہید ہوئے تے پامے غازی ملک ممتاز قادری ہوئے، اے سارے غازی المدین دی روحانی اولاد نے۔ 1929 عیسوی 31 اکتوبر دی رات ہے، تے میاں والی دی جیل ہے، صبح غازی نو پھانسی فجر تو بعد لگنی، جیل دا داروغا بابا نواب دین کہندا میں پہرا پیا دیواں، تے رات دے 12 بجے میں اندر ویکھیا تے غازی اندر نا نفل پیا پڑے، کہندا میں تھوڑی دیر بعد ویکھیا تے غازی کھڑا ہو کے مدینے وال منہ کر کے درود شریف پیا پڑے، کہندا میں پہرا دیندا رات دے 2 بجے اندر چھاتی ماری تے غازی اندر ہی کوئی نہیں، تے تسی سبحان اللہ گھر جا کے بولیو غازی اندر ہی کوئی نہیں۔ بابا نواب دین کہندا ہے اے گل رائے کمال نے اپنی کتاب وچ لکھی، جنہیں غازی علم دین دی تاریخ لکھی ساری، بابا نواب دین کہندا ہے کہ میں ویکھیا کہ غازی اندر کوئی نہیں، تے مینوں خیال ہے چابی میرے کولے دروازے اگے میں بیٹھا، دروازہ ٹوٹا نہیں، دیوار پھٹی نہیں، غازی گیا کدھر ہے؟ او کہندا ہے کہ مینوں خیال آیا کہ ہے تے اللہ والا سی، پر جے نہ آیا تے صبح 4 بجے پھانسی لگنی، تے اودی جگہ مینوں پھانسی لگ جائے گی۔ بابا نواب دین کہندا میں رون لگ پیا کہ میرے بچیاں دا کی بنے گا، میں دی جگہ پھانسی لگ جانی، کہندا روندے اچانک رات دے 4 بجے مندر چھاتی ماری تے غازی اندر چومب مار کے بیٹھا ہویا، کہندا میں تالا کھول کے اندر چلا گیا تے غازی لمدین دے قدم پھڑ کے آکھن لگا تیری اج تک کسے نو سمجھ تے آئی نہیں، سچی دس کتھے گیا سے غازی لمدین مستی چے، تے فرمان لگے بابا جڑے محرم راز حقیقتاں دے او راز حقیقت کھول دے نہیں، جنہ نہیں ویکھیا او کرن گلاں، جنہ ویکھ لیا او تے بولدا ہی نہیں، میں نہیں دسنا کتھے گیا سا، تے بابے کہن لگا کہ تینوں پھر اس محمد دیاں زلفاں دے کنڈلاں دی قسم ہے جدے تو مرن لگے جاندی واری دس جا کتھے گیا سا، تے غازی المدین فرمان لگے پھر تینوں بھی اسے محمد دی قسم ہے میرے مرن تو پہلے کسے نو دسے نا، غازی المدین کہندے نے پاپا جڑے ویلے رات دے 2 بجے اچانک مینوں خیال آیا کملی والیا میں ٹر چلیا، سونیا تیرے ناؤں دا قیدی کملی والیا قیامت دا کسے عمرہ کرنے آنا تینوں مل جانا ہے، کسے حج دے بہانے مل جانا ہے، سونیا سا مڑے آنا کوئی نہیں، غازی المدین کہندا کہ جی اتھرو آ گئے نہ مدینے وال منہ کر لیا، ہاتھ جوڑ کے عرض کیتی یاد تیری دا دیوا پالیا، اے یاد تیری دا میں دیوا پالیا، یاد تیری دا دیوا پالیا، ہن آوی جا ولیل زلفا سارے کہنگے، اے لین سارے کہنگے، ایسا
ਤਰ੍ਹਾਂ ਕਰਕੇ ਹੱਥ ਖੜੇ ਕਰੋ ਬਾਈ ਸਾਹਿਬ, ਇਸ ਤਰ੍ਹਾਂ ਨਹੀਂ, ਅੱਜ ਇਸ ਤਰ੍ਹਾਂ, ਜਿਹਨੂੰ ਲੱਗਦਾ ਮੈਂ ਕਮਾਈ ਤੇ ਪਾਲਣਾ ਹੱਥ ਨੀਵਾਂ ਰੱਖੇ, ਜਿਹਨੂੰ ਲੱਗਦਾ ਮੇਰਾ ਲੰਗਰ ਮਦੀਨੇ ਆਉਂਦਾ ਹੈ, ਜਿਹੜਾ ਘਰ ਅਮੀ ਨੂੰ ਦੱਸ ਕੇ ਆਇਆ ਨਾ ਕਿ ਅੱਜ ਹੈਲ ਬਲਵਾ ਬਾਬਾ ਜਵਾ ਮਹਿਫਲ ਹੋਣੀ ਹੈ, ਉੱਥੇ ਹਜ਼ੂਰ ਨੇ ਆਉਣਾ ਹੈ, ਮੈਂ ਨਬੀ ਪਾਕ ਦੀਆਂ ਯਾਦਾਂ ਦਾ ਦੀਵਾ ਬਾਲਣ ਚੱਲਿਆ, ਉਹ ਬੰਦਾ ਅੱਖੀਆਂ ਬੰਦ ਕਰ ਲਓ, ਗੁੰਬਦ ਖਿਦਰਾ ਦਾ ਤਸਵੁਰ ਕਰਕੇ ਅਤੇ ਗੁੰਬਦ ਖਿਦਰਾ ਵੱਲ ਇੰਜ ਵੇਖੋ, ਉਹ ਜਿਵੇਂ ਸਵਾਲੀ ਸਵਾਲ ਕਰਕੇ ਸਖੀ ਦੇ ਚਿਹਰੇ ਵੱਲ ਵੇਖਦਾ ਹੈ, ਮੈਨੂੰ ਕਸਮ ਰਸੂਲੁੱਲਾਹ ਦੀ, ਤੇਰੇ ਬੁਲਾਉਣ ਦੀ ਦੇਰ ਹੋ ਸਕਦੀ ਹੈ, ਨਬੀ ਦੇ ਆਉਣ ਦੀ ਦੇਰ ਨਹੀਂ ਹੋ ਸਕਦੀ, ਤੇਰੇ ਬੁਲਾਉਣ ਵੱਲੋਂ ਕੋਈ ਦੇਰ ਨਾ ਰਹਿ ਜਾਏ, ਤੂੰ ਅੱਖੀਆਂ ਬੰਦ ਕਰ, ਇੰਜ ਆਵਾਜ਼ ਮਾਰ ਕੇ ਅੱਜ ਸੋਹਣਾ ਆ ਜਾਏ, ਹਾਜ਼ਰੀ ਵੀ ਹੋ ਜਾਏ ਅਤੇ ਹਜ਼ੂਰੀ ਵੀ ਹੋ ਜਾਏ, ਓਏ ਉਮਰੇ ਤਾਂ ਕਿਸੇ ਇੱਕ ਨੇ ਜਾਣਾ, ਉਹ ਬੜਾ ਕਮਲੀ ਵਾਲਾ ਲੱਜ ਪਾ ਲਿਓ, ਕਿਸੇ ਨੂੰ ਬੁਲਾ ਕੇ ਦਿੰਦਾ, ਕਿਸੇ ਨੂੰ ਆ ਕੇ ਦੇ ਜਾਂਦਾ, ਜੇ ਇੱਥੇ ਯਾਦ ਰੱਖ ਕੇ ਪੜੀਏ, ਆ ਵੀ ਜਾ ਬੱਲੇ ਜ਼ੁਲਫਾਂ ਵਾਲਿਆ, ਏ ਜ਼ੁਲਫਾਂ ਵਾਲਿਆ, ਆ ਵੀ ਜਾ ਬੱਲੇ ਜ਼ੁਲਫਾਂ ਵਾਲਿਆ, ਸਾਡੀ ਉਡੀਕ ਵੀ ਉਬੈਸ ਵਾਲੀ ਨਹੀਂ, ਪਰ ਜੇ ਕਦੇ ਆ ਜਾਏ ਤੇਰਾ ਜਾਂਦਾ ਕੁਝ ਨਹੀਂ, ਸਾਡਾ ਕੰਮ ਬਣ ਜਾਂਦਾ ਈ, ਹੁਣ ਆ ਵੀ ਜਾ ਬੱਲੇ ਜ਼ੁਲਫਾਂ ਤੁਸੀਂ ਪੜੋ ਮੈਂ ਸੁਣਾ, ਹੱਥ ਚੁੱਕੇ ਉੱਚੀ ਪੜੋ, ਆ ਵੀ ਜਾ ਬੱਲੇ ਜ਼ੁਲਫਾਂ ਵਾਲਿਆ, ਏ ਜ਼ੁਲਫਾਂ ਵਾਲਿਆ, ਹੁਣ ਆ ਵੀ ਜਾ ਬੱਲੇ ਜ਼ੁਲਫਾਂ ਵਾਲਿਆ, ਕਮਲੀ ਵਾਲਿਆ, ਆਖਰੀ ਵੇਲੇ ਆ ਜਾਈ, ਕਲਮਾ ਪੜਨ ਦਾ ਫਰਮ ਰਹਿ ਜਾਏ, ਆ ਵੀ ਜਾ ਸੋਹਣਿਆ, ਗੁਲਾਮ ਤੇ ਬੁਲਾਉਂਦੇ ਨੇ ਪੁੱਤਰਾਂ ਦਾ ਸਿਰ ਸਦਕਾ, ਆ ਵੀ ਜਾ ਬੱਲੇ ਜ਼ੁਲਫਾਂ ਵਾਲਿਆ, ਇਲਮਦੀਨ ਫਰਮਾਦੇ ਨੇ ਬਾਬਾ ਮੈਂ ਆਵਾਜ਼ ਮਾਰੀ, ਅਚਾਨਕ ਮੇਰੀ ਖੁੱਲੀ ਜੀ ਚਾਨਣ ਹੋ ਗਿਆ, ਇੱਕ ਜੋ ਸੋਹਣੀ ਜੀ ਸ਼ਕਲ ਵਾਲਾ ਆਇਆ, ਮੈਨੂੰ ਕਹਿਣ ਲੱਗਾ ਗਾਦੀ ਉੱਠ ਗਾਦੀ, ਤੈਨੂੰ ਨਬੀ ਪਿਆ ਬੁਲਾਉਂਦਾਈ, ਮੈਂ ਪੁੱਛਿਆ ਤੁਸੀਂ ਕੌਣ ਹੋ, ਫਰਮਾਇਆ ਮੇਰਾ ਨਾਮ ਮੌਲਾ ਅਲੀ, ਮੈਨੂੰ ਹਜ਼ੂਰ ਨੇ ਫਰਮਾਇਆ ਜਾ ਇਲਮਦੀਨ ਨੂੰ ਲੈ ਕੇ ਆ, ਕਿਧਰੇ ਦੁਨੀਆ ਮਿਹਨੇ ਨਾ ਮਾਰੇ, ਜਦੋਂ ਤੂੰ ਮਰਿਆ ਉਹਨੇ ਜਾਂਦੀ ਵਾਰੀ ਦੀਦ ਨਹੀਂ ਕਰਾਈ, ਤੇ ਬਾਬਾ ਨੂੰ ਕਹਿਣ ਲੱਗਾ ਕਿ ਗਾਦੀ ਲਮਦੀਨ ਨੇ ਫਰਮਾਇਆ ਆ ਦੋ ਘੰਟੇ ਮੁਸਤਫਾ ਕਰੀਮ ਕੋਲ ਗੁਜ਼ਾਰ ਕੇ ਆਇਆ, ਸਵੇਰੇ ਫਿਰ ਗਾਦੀ ਲਮਦੀਨ ਦਾ ਜਨਾਜ਼ਾ ਟੁਰਿਆ, 6 ਲੱਖ ਇਨਸਾਨ ਨੇ ਉਸ ਦੌਰ ਚ ਗਾਦੀ ਲਮਦੀਨ ਦਾ ਪਹਿਲਾ ਜਨਾਜ਼ਾ ਪੜਿਆ, ਹਜ਼ਰਤ ਸੈਯਦੀ ਨੌਜਵਾਨੋ, ਉੱਥੇ ਪੀਰ ਜਮਾਤ ਅਲੀ ਸ਼ਾਹ ਦੀ ਪਗੜੀ ਵੀ ਗਿਰ ਗਈ, ਤੇ ਹਜ਼ਰਤ ਪੀਰ ਹੈਦਰ ਸ਼ਾਹ ਜਲਾਲਪੁਰੀ ਨੇ ਪਗੜੀ ਸਿਰ ਚੁੱਕ ਕੇ ਰੱਖੀ, ਫਰਮਾ ਲੱਗੇ ਸ਼ਾਹ ਜੀ ਮੱਤ ਮਾਰੀ ਗਈ ਜੇ, ਕਹਿਣ ਲੱਗੇ ਮੱਤਾਂ ਤੇ ਆਪੇ ਮਾਰੀਆਂ ਜਾਣੀਆਂ ਸਨ, ਸਾਡੇ ਨਾਨੇ ਦੀ ਤੋਹੀਨ ਹੋਈ ਸੀ, ਬਦਲੇ ਅਸਾਂ ਸੈਯਦਾਂ ਲੈਣੇ ਸਨ, ਵੇਖੋ ਤਰਖਾਨਾ ਦਾ ਮੁੰਡਾ ਹੀ ਬਾਜ਼ੀ ਲੈ ਗਿਆ ਜੇ, ਗ੍ਰਾਮੀ ਕਦਰ ਹਜ਼ਰਤ ਅੱਲਾਹ ਤਾਲਾ ਮੇਰੀ ਤੁਹਾਡੀ ਹਾਜ਼ਰੀ ਕਬੂਲ ਫਰਮਾਏ।